ਫਿਰਤ ਵਿਰਤ ਪ੍ਰਭ ਆਇਆ ਪਰਿਆਤ ਸਰਨਾ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾ ਨਿਰਗੁਣ ਰੱਖ ਲਿਆ ਸੰਤਨ ਕਾ ਸਦਕਾ ਨਿਰਗੁਣ ਲਿਆ ਸੰਤਨ ਕਾ ਸਦਕਾ ਨਿਰਗੁਣ ਰੱਖ ਲਿਆ ਸੰਤਨ ਕਾ ਸਦਕਾ ਨਿਰਗੁਣ ਰੱਖ ਲਿਆ ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ ਮੋਹੇ ਪਾਪੀ ਪਰਦਾ ਸਤਿਗੁਰ ਢਾਕ ਲਿਆ ਮੋਹੇ ਪਾਪੀ ਪਰਦਾ ਨਿਰਗੁਣ ਰੱਖ ਲਿਆ ਸੰਤਨ ਕਾ ਸਦਕਾ ਨਿਰਗੁਣ ਰੱਖ ਲਿਆ ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ ਮੋਹੇ ਪਾਪੀ ਪਰਦਾ ਸਤਿਗੁਰ ਢਾਕ ਲਿਆ ਮੋਹੇ ਪਾਪੀ ਪਰਦਾ ਨਿਰਗੁਣ ਰੱਖ ਲਿਆ ਸੰਤਨ ਕਾ ਸਦਕਾ ਨਿਰਗੁਣ ਰੱਖ ਲਿਆ ਸੰਤਨ ਕਾ ਸਦਕਾ
ਸਦਕਾ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, 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 ਵਾਹਿਗੁਰੂ। ਵਾਹਿਗੁਰੂ, 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 ਨਾਨਕ ਹੋਤ ਨਿਹਾਲ, ਨਾਨਕ ਹੋਤ ਨਿਹਾਲ, ਨਾਨਕ ਹੋਤ ਨਿਹਾਲ, ਨਾਨਕ ਹੋਤ ਨਿਹਾਲ। ਤੇਰੇ ਕਵਨ ਕਵਨ
ਕਹਿ ਗਾਵਾ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨਿਵਾਸ ਗੁਰੂ ਗਰੀਬ ਨਿਵਾਸ ਗੁਰੂ ਗਰੀਬ ਸਿੱਧ ਮੁਨੀਂਦਰਾ ਭਗਤ
Nah.
ਬਲਿਹਾਰ ਬਮ ਬਮ ਗਰੇ ਗਰੇ ਸਨੀ ਰੇ ਗਾ ਮਾ ਦਾ ਨੀਰੇ ਸਾਨੀ
ਕਰ ਕਿਰਪਾ ਦੇਵੋ ਹਰ ਨਾਮ, ਕਰ ਕਿਰਪਾ ਦੇਵੋ ਹਰ ਨਾਮ, ਜਾਚਕ ਜਨ ਜਾਚੈ ਪ੍ਰਭ ਦਾ, ਕਰ ਕਿਰਪਾ ਦੇਵੋ ਹਰ ਨਾਮ, 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 ਜਾਚਕ ਜਨ ਜਾਚੈ ਪ੍ਰਭ ਦਾ, ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ, ਕਰ ਕਿਰਪਾ ਦੇਵੋ ਹਰ ਨਾਮ, ਕਰ ਕਿਰਪਾ ਦੇਵੋ ਹਰ ਨਾਮ, ਕਰ ਕਿਰਪਾ ਦੇਵੋ ਹਰ ਜਨਾ ਕੀ ਮੰਗੋ ਤੂਰ, ਸਾਧ ਜਨਾ ਕੀ ਮੰਗੋ ਤੂਰ, ਪਾਰ ਬ੍ਰਹਮ ਮੇਰੀ ਸ਼ਰਧਾ ਪੂਰ, ਪਾਰ ਬ੍ਰਹਮ ਮੇਰੀ ਸ਼ਰਧਾ, ਬ੍ਰਹਮ ਮੇਰੀ
ਪ੍ਰਭ ਕੇ ਗੁਣ ਗਾਵੋ, ਗੁਣ ਗਾਵੋ, ਗੁਣ ਗਾਵੋ, ਗੁਣ ਗਾ ਸਾਸ ਸਾਸ ਪ੍ਰਭ ਤੁਮਹਿ ਧਿਆਵੋ, ਸਾਸ ਸਾਸ ਪ੍ਰਭ ਤੁਮਹਿ ਧਿਆਵੋ, ਸਾਸ ਸਾਸ ਪ੍ਰਭ ਤੁਮਹਿ ਧਿਆਵੋ, ਕਰ ਕਿਰਪਾ ਦੇਵੋ ਹਰ ਨਾਮ, 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 ਚਰਨ ਕਮਲ ਸਿਉਂ ਲਾਗੈ ਪ੍ਰੀ, ਚਰਨ ਕਮਲ ਸਿਉਂ ਲਾਗੈ ਪ੍ਰੀਤ, ਚਰਨ ਕਮਲ ਸਿਉਂ ਸਿਉਂ ਲਾਗੈ ਲਾਗੈ ਪ੍ਰੀਤ, ਲਾਗੈ ਪ੍ਰੀਤ, ਚਰਨ ਕਮਲ ਸਿਉਂ ਲਾਗੈ ਪ੍ਰੀਤ, ਚਰਨ ਕਮਲ ਸਿਉਂ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤਲੀ, 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 ਕਰ ਕਿਰਪਾ ਦੇਵੋ ਹਰ ਨਾਮ, ਕਰ ਕਿਰਪਾ ਦੇਵੋ ਹਰ ਨਾਮ, ਕਰ ਕਿਰਪਾ
प्रभुदान जाचक जन जाचे प्रभुदान कर कृपा देवो हर नाम कर कृपा देवो हर नाम कर कृपा देवो हर नाम कर कृपा देवो हर ਸਾਡੇ ਖੇਤ ਕਬੂ ਨਾ ਛੱਡੇ
ਲਗਨ ਦਮਾਮਾ ਬਾਦਿਓ ਪਰਿਓ ਨਿਸ਼ਾਨੈ ਜਸ ਗਾਇਓ ਕੋਟ ਜਨਮ ਕੇ ਰੂਪ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੂ
ਪੁਰਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਏ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਗੋਇ ਦਾਈ ਦਾਇਆ, ਖੇਲੈ ਸਗਲ ਜਗਤ। ਨਗਿਆਈਆਂ ਗੁਰਿਆਈਆਂ ਵਾਚੈ ਧਰਮ ਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਦੇ ਮੁਖ ਉਜਲੇ ਖੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ। ਪਰਮ ਸਤਿਕਾਰਯੋਗ ਗੁਰੂ ਪਿਆਰੀ, ਗੁਰੂ ਨਿਆਰੀ, ਗੁਰੂ ਦੀਆਂ ਬਖਸ਼ਾਂ ਪ੍ਰਾਪਤ ਕਰੇ ਗੁਰੂ ਰੂਪ ਸਾਹਿਬ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੀਸਰਾ ਘੱਲੂਘਾਰਾ ਐਕਸ਼ਨ ਬਲਿਊ ਸਟਾਰ, ਜੂਨ 1984, ਮਰਦੇ ਮੁਜਾਹਿਦ ਕਰਨੀ ਕਥਰੀ ਦੇਖ, ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ, ਆਪਣੇ ਸਾਥੀ ਸਿੰਘਾਂ ਨਾਲ, ਭਜਨੀਕ ਸਿੰਘਾਂ ਨਾਲ, ਗੁਰਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਵਾਲੇ ਦਿਨ ਮਾਨਵਤਾ ਇਕੱਤਰਤ ਹੋਈ ਸੀ। ਮਰਸੂਮ ਜਵਾਨ ਹਾਜੀ ਸਮਕਾਲੀ ਸਰਕਾਰ ਦੇ ਅਤਿਆਚਾਰ ਨੂੰ ਸਹਿਣ ਕਰਦੇ ਜੂਝਦੇ ਗੁਰਧਾਮਾਂ ਦੀ ਰਾਖੀ ਲਈ, ਉੱਥੋਂ ਦੀਆਂ ਪਰੰਪਰਾਵਾਂ ਦੀ ਕੈਮੀ ਲਈ ਸ਼ਹੀਦੀਆਂ ਪ੍ਰਾਪਤ ਕਰਕੇ, ਉਹਨਾਂ ਦੀ ਇਹ 35ਵੀਂ ਬਰਸੀ, ਇਹ 35ਵਾਂ ਦਿਹਾੜਾ ਫਿਰ ਜੂਨ 84 ਆ ਗਿਆ, ਜੂਨ 2019 ਆ ਗਿਆ। ਅਸੀਂ ਪੁਰਜੋੜ ਬੜੇ ਪਿਆਰ ਸਤਿਕਾਰ ਨਾਲ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਦੀ ਅਗਵਾਈ ਥੱਲੇ ਮਨਾਉਣਾ, 6 ਜੂਨ 2019 ਨੂੰ ਹਾਜ਼ਰੀਆਂ ਭਰਨੀਆਂ। ਤੁਸੀਂ ਇਲਾਕੇ ਦੀ ਸੰਗਤ ਹਰ ਸਾਲ ਦੀ ਤਰ੍ਹਾਂ ਐਰਕੀਵੀਂ ਦੀਵਾਨ ਸ਼ਹੀਦੀ ਗੁਰਪੁਰਬਾਂ ਵਾਂਗ ਸ਼ਹੀਦੀ ਸਮਾਗਮ ਉਚਾ ਰਹੇ, ਸਰਦਾ ਨਾਲ ਇਹ ਸਭ ਸੇਵਾ ਕਰਦੇ ਪਏ ਹੋ। ਤੁਹਾਡੇ ਪਿਆਰ ਨੂੰ ਦੇਖ ਕੇ ਮਹਾਂਪੁਰਖ ਪਹੁੰਚੇ ਨੇ, ਉਹਨਾਂ ਨੂੰ ਜੀ ਆਇਆਂ, ਬਹੁਤ ਬਹੁਤ ਸਤਿਕਾਰ ਅਭਿਨੰਦਨ, ਬਹੁਤ ਬਹੁਤ ਸਤਿਕਾਰ। ਉਹ ਆਪਣੀ ਰਸਨਾ ਤੋਂ ਪਾਵਨ ਪਵਿੱਤਰ ਗੁਰ ਤਿਆਗ ਸਰਵਣ ਕਰਾ ਕੇ ਆਪ ਜੀ ਨੂੰ ਨਿਹਾਲੋ ਨਿਹਾਲ ਕਰਨਗੇ। ਫਿਰ 6 ਜੂਨ 2019 ਨੂੰ ਮਨਾਉਣ ਦੇ ਦਿਨ 'ਤੇ ਰਹਿ ਗਏ 20 ਕੁਝ ਵਿਚਾਰਾਂ ਕਰਾਂਗੇ। ਆਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਗਨਨ
ਬਿਗਨਾਨ ਕੇ ਨਾਸਕ ਹਰ ਗੋਬਿੰਦ ਸੋਭ ਸੁਮਤ ਪ੍ਰਕਾਸਕ ਸ੍ਰੀ ਹਰ ਰਾਇ ਨਾਮੋ ਕਰ ਜੋਰ ਨਾਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੁ ਜਿਸਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਦਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੱਲਾ ਅਪਰ ਭਗੀਰਥ ਜਾਪੂ ਚੌਥੇ ਨਿਵਲਾ ਮਿਲ ਕਰ ਆਪੂ ਡੱਲਾ ਅਪਰ ਭਗੀਰਥ ਜਾਪੂ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਜਗਤ ਦੇ ਉਧਾਰ ਕਰਤਾ ਜਗਤ ਗੁਰੂ ਵਾਹਿਗੁਰੂ ਪਰਮੇਸ਼ਰ ਦਾ ਪ੍ਰਤੱਖ ਸਾਕਸ਼ਾਤ ਸਰੂਪ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਰਮ ਪਵਿੱਤਰ ਚਰਨ ਛੋਹ ਅਸਥਾਨ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਨਗਰ ਸਠਿਆਲਾ ਵਿਖੇ
ਹਰ ਸਾਲ ਦੀ ਤਰ੍ਹਾਂ 6 ਜੂਨ 1984 ਦਾ ਉਹ ਘੱਲੂ ਘਰ ਆ, ਜਦੋਂ ਸਮੇਂ ਦੀ ਜੁਰਬਾਣੀ ਹਕੂਮਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਜੀ 'ਤੇ ਬੜਾ ਭਿਆਨਕ ਹਮਲਾ ਕੀਤਾ। ਉਸ ਹਮਲੇ ਦੌਰਾਨ ਆਪਣੇ ਪਿਆਰੇ ਗੁਰਧਾਮਾਂ ਦੀ ਆਨ ਅਤੇ ਸ਼ਾਨ ਦੀ ਖਾਤਰ, ਖਾਲਸਾ ਪੰਥ ਦੀ ਆਨ ਅਤੇ ਸ਼ਾਨ ਦੀ ਖਾਤਰ ਦਮਦਮੀ ਟਕਸਾਲ ਦੇ 14ਵੇਂ ਮੁਖੀ ਕਥਨੀ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਂਬਲੀ ਯੋਧੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਅਗਵਾਈ ਵਿੱਚ ਅਣਗਿਣਤ ਸਿੰਘ ਸਿੰਘਣੀਆਂ, ਭੁਚੰਗੀਆਂ, ਬਜ਼ੁਰਗਾਂ, ਮਾਤਾਵਾਂ ਨੇ ਮਹਾਨ ਸ਼ਹੀਦੀਆਂ ਦਿੱਤੀਆਂ, ਸ਼ਹੀਦੀ ਜਾਮ ਪੀਤਾ। ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਦੀਵਾਨਾਂ ਦੀ ਲੜੀ ਚੱਲ ਰਹੀ ਹੈ। ਅੱਜ ਦਾ ਇੱਕ ਦਿਨ ਦਾ ਸਮਾਗਮ ਇਸ ਅਸਥਾਨ 'ਤੇ ਰੱਖਿਆ ਹੋਇਆ ਹੈ, ਇਸ ਨਗਰ ਵਿੱਚ ਜਿੱਥੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਾਵਨ ਪਵਿੱਤਰ ਚਰਨ ਪਾਏ, ਉੱਥੇ ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਇਸ ਨਗਰ ਨੂੰ, ਇਸ ਧਰਤੀ ਨੂੰ ਆਪਣੀ ਪਾਵਨ ਪਵਿੱਤਰ ਚਰਨ ਛੋਹ ਦੀ ਦਾਤ ਬਖਸ਼ਿਸ਼ ਕੀਤੀ। 9ਵੇਂ ਗੁਰਦੇਵ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਇਸ ਨਗਰ ਵਿੱਚ ਚਰਨ ਪਾਏ ਹਨ। 3 ਸਤਿਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਇਹ ਮਹਾਨ ਇਤਿਹਾਸਕ ਨਗਰੀ ਹੈ। ਇਸ ਨਗਰ ਵਿੱਚ ਦਮਦਮੀ ਟਕਸਾਲ ਦੇ 12ਵੇਂ ਮੁਖੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਦਮਦਮੀ ਟਕਸਾਲ ਦੇ 13ਵੇਂ ਮੁਖੀ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਇਸੇ ਤਰ੍ਹਾਂ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਔਰ ਦਮਦਮੀ ਟਕਸਾਲ ਦੇ 15ਵੇਂ ਮੁਖੀ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਸਮੇਂ ਸਮੇਂ ਇਸ ਨਗਰ ਵਿੱਚ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ, ਗੁਰਸਿੱਖੀ ਦੇ ਪ੍ਰਚਾਰ ਹਿੱਤ ਸੰਗਤਾਂ ਵੱਲੋਂ ਬਣਾਏ ਪ੍ਰੋਗਰਾਮਾਂ ਅਨੁਸਾਰ ਜਥਾ ਮਹੀਨਾ ਮਹੀਨਾ, 20-20 ਦਿਨ, 10-10 ਦਿਨ, ਹਫ਼ਤਾ ਹਫ਼ਤਾ ਇਸ ਨਗਰ ਵਿੱਚ ਰਿਹਾ ਕਰਦਾ। ਇਸ ਨਗਰ ਨੇ ਬੜੀ ਭਾਰੀ ਸੇਵਾ ਜਥੇ ਸੰਗਤ ਦੀ, ਮਹਾਂਪੁਰਖਾਂ ਦੀ ਕੀਤੀ ਹੈ। ਪੁਰਾਣੇ ਸਿੰਘ ਅਜੇ ਵੀ ਮੌਜੂਦ ਹਨ, ਜਿਨ੍ਹਾਂ ਨੇ ਵੱਡੇ ਸੰਤਾਂ ਤੋਂ ਲੈ ਕੇ ਸਾਰੇ ਮਹਾਂਪੁਰਖਾਂ ਦੇ ਔਰ ਜਥੇ ਦੇ ਦਰਸ਼ਨ ਕੀਤੇ, ਉਹਨਾਂ ਦੇ ਮੁਖਾਰ ਬਿੰਦ ਤੋਂ ਗੁਰਬਾਣੀ ਗੁਰ ਇਤਿਹਾਸ ਦੀ ਕਥਾ ਸਰਵਣ ਕਰਦੇ ਰਹੇ। ਸੋ ਸਾਧ ਸੰਗਤ ਜੀ, ਇਉਂ ਦਮਦਮੀ ਟਕਸਾਲ ਦੀ ਚਰੋਕਣੀ ਸਾਂਝ ਇਸ ਨਗਰ ਦੇ ਨਾਲ ਹੈ। ਆਓ, ਆਪ ਜੀ ਨੇ ਜਿੱਥੇ ਜਥੇ ਦੇ ਛੋਟੇ ਭੁਚੰਗੀ ਸਿੰਘਾਂ ਤੋਂ ਅਤੇ ਰਾਗੀ ਭਾਈ ਰਣਜੀਤ ਸਿੰਘ ਜੀ ਦੇ ਜਥੇ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ, ਉੱਥੇ ਅਮਰ ਸ਼ਹੀਦ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਵੀਰ ਸਿੰਘ ਜੀ ਔਰੰਗਾਬਾਦ ਵਾਲਿਆਂ ਦਾ ਵੀ ਅੱਜ ਸ਼ਹੀਦੀ ਦਿਹਾੜਾ ਹੈ, ਜਿਨ੍ਹਾਂ ਨੇ ਸ਼ਾਂਤ ਰਸ ਵਿੱਚ ਰਹਿ ਕੇ
ਐਸੇ ਮਹਾਨ ਪੂਰਨੇ ਪਾਏ ਕਿ ਜਿਨ੍ਹਾਂ ਦੀ ਇਤਿਹਾਸ ਵਿੱਚ ਹੋਰ ਕੋਈ ਅੱਜ ਤੱਕ ਮਿਸਾਲ ਨਹੀਂ ਮਿਲਦੀ। ਦੁਸ਼ਮਣ ਵੀ ਭਾਵੇਂ ਵੈਰ ਮਨ ਵਿੱਚ ਲੈ ਕੇ ਚੜ੍ਹ ਕੇ ਹਮਲਾ ਕਰਨ ਆਏ, ਪਰ ਉਸੇ ਖੂਨ ਦੇ ਨਾਤੇ ਮਹਾਂਪੁਰਖਾਂ ਨੇ ਉਹਨਾਂ ਨੂੰ ਆਪਣਾ ਭਰਾ ਸਮਝ ਕੇ ਉਲਟਾ ਉਹਨਾਂ ਦੇ ਨਾਲ ਮੁਕਾਬਲਾ ਨਹੀਂ ਕੀਤਾ। ਉਹਨਾਂ ਵੱਲੋਂ ਕੀਤੇ ਹੋਏ ਹਮਲੇ ਨੂੰ ਆਪਣੇ ਸਰੀਰ ਉੱਤੇ ਸਹਾਰ ਕੇ ਮਹਾਂਪੁਰਖਾਂ ਨੇ ਬਚਨ ਕੀਤਾ ਕਿ ਸਾਡੇ ਭਰਾ ਹਨ, ਗੁੰਮਰਾਹ ਹੋ ਕੇ ਸਾਡੇ 'ਤੇ ਹਮਲਾ ਕਰ ਰਹੇ ਹੈ, ਕੋਈ ਗੱਲ ਨਹੀਂ। ਇਸ ਲਈ ਮਹਾਂਪੁਰਖਾਂ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ, ਉਲਟਾ ਮਹਾਂਪੁਰਖਾਂ ਨੇ ਉਹਨਾਂ ਦੇ ਹਮਲੇ ਨੂੰ ਆਪਣੇ ਸਰੀਰ ਉੱਤੇ ਸਹਿੰਦਿਆਂ ਹੋਇਆਂ ਅੱਜ ਦੇ ਦਿਨ ਮੁੱਠਿਆਂ ਵਾਲੇ ਨਗਰ ਵਿੱਚ ਦਰਿਆ ਦੇ ਕਿਨਾਰੇ 'ਤੇ ਮਹਾਨ ਸ਼ਹੀਦੀ ਦਿੱਤੀ ਸ਼ਹੀਦੀ ਦਾ ਜਾਮ ਪੀਤਾ ਹੈ। ਉਹਨਾਂ ਮਹਾਂਪੁਰਖਾਂ ਦੀ ਯਾਦ ਵੀ ਅੱਜ ਸਮੁੱਚਾ ਖਾਲਸਾ ਪੰਥ ਮਨਾ ਰਿਹਾ ਹੈ। ਆਓ ਗੁਰਸੰਗਤ ਜੀ, ਸਤਿਗੁਰਾਂ ਦੇ ਪਰਮ ਪਵਿੱਤਰ ਗੁਰ ਇਤਿਹਾਸ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਚਾਰ ਗੁਰਸਿੱਖ ਭਾਈ ਭਗੀਰਥ, ਭਾਈ ਡੱਲਾ, ਭਾਈ ਜਾਪੂ ਔਰ ਭਾਈ ਨਿਵਲਾ, ਇਹ ਚਾਰ ਸਿੱਖ ਆਏ ਹਨ। ਬਹੁਤ ਹੀ ਸਤਿਗੁਰਾਂ ਨੂੰ ਬੜੇ ਪ੍ਰੇਮ ਵਿੱਚ ਭੇਜ ਕੇ ਬੇਨਤੀਆਂ ਕਰ ਰਹੇ ਹਨ। ਬਹੁਤ ਹੀ ਇਹ ਸੁੰਦਰ ਗੁਰ ਇਤਿਹਾਸ ਦੀ ਕਥਾ ਹੈ। ਆਪ ਸੰਗਤਾਂ ਪੂਰੀ ਪੂਰੀ ਮਨ ਦੀ ਇਕਾਗਰਤਾ ਦੇ ਨਾਲ ਸਤਿਗੁਰਾਂ ਦੇ ਪਰਮ ਪਵਿੱਤਰ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੱਲਾ ਅਪਰ ਭਗੀਰਥ ਜਾਪੂ, ਭਾਈ ਡੱਲਾ, ਭਗੀਰਥ ਅਤੇ ਜਾਪੂ ਇਹ ਤਿੰਨ ਸਿੱਖ ਹਨ। ਚੌਥੇ ਨਿਵਲਾ ਮਿਲ ਕਰ ਆਪੂ, ਚੌਥਾ ਭਾਈ ਨਿਵਲਾ, ਇਹ ਚਾਰੇ ਆਪਸ ਵਿੱਚ ਮਿਲ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਕਰਨ ਆਏ ਹਨ। ਸ੍ਰੀ ਅਰਜਨ ਕੀ ਸ਼ਰਨੀ ਆਏ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਆ ਦਰਸ਼ਨ ਕਰਨ ਵਾਸਤੇ। ਕਰ ਜੋਰਤ ਪਦ ਸੀਸ ਨਿਵਾਏ, ਹੱਥ ਜੋੜ ਕੇ ਆਪਣਾ ਸਿਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਵਾਇਆ, ਭਾਵ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਬਹੁਰੋ ਕਰੀ ਅਗਰ ਅਰਦਾਸ, ਫਿਰ ਅਗਰ ਸਾਹਮਣੇ ਹੋ ਕੇ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਸਤਿਗੁਰਾਂ ਨੂੰ ਅਰਦਾਸ ਭਾਵ ਇਹਨਾਂ ਸਿੱਖਾਂ ਨੇ ਬੇਨਤੀ ਕੀਤੀ ਹੈ। ਹਮ ਉਰ ਸੰਸੈ ਦੇਹੋ ਵਿਨਾਸ਼, ਹੇ ਗਰੀਬ ਨਿਵਾਸ ਜੀ, ਸਾਡੇ ਮਨ ਵਿੱਚ ਇੱਕ ਸ਼ੰਕਾ ਹੈ, ਸਵਾਲ ਹੈ, ਪ੍ਰਸ਼ਨ ਹੈ। ਉਹ ਸਵਾਲ ਐਸਾ ਹੈ, ਆਪ ਸੁਣਨਾ ਕਰੋ, ਸਾਡਾ ਸ਼ੰਕਾ ਮੇਟ ਦਿਓ। ਸ੍ਰੀ ਨਾਨਕ ਪੂਰਨ ਅਵਤਾਰ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਲਯੁਗ ਦੇ ਵਿੱਚ ਪਰਮੇਸ਼ਰ ਦੇ ਪੂਰਨ ਅਵਤਾਰ ਸਨ। ਭਗਤ ਸਰੂਪ ਧਰਿਓ ਕਰਤਾਰ, ਕਰਤਾਰ ਜਿਹਨੂੰ ਪਰਮੇਸ਼ਰ ਵਾਹਿਗੁਰੂ ਕਰਤਾ ਹੋਣ ਤੋਂ ਕਰਤਾਰ ਕਿਹਾ ਜਾਂਦਾ ਹੈ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਉਸ ਕਰਤਾਰ ਨੇ ਭਗਤੀ ਸਰੂਪ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਮਾਤ ਲੋਕ 'ਤੇ ਆਪ ਧਾਰਨ ਕੀਤਾ, ਭਗਤੀ ਦਾ ਅਵਤਾਰ ਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਕੋ ਉਪਾਸਨਾ ਮੁੱਖ ਬਤਾਈ, ਉਹਨਾਂ ਨੇ ਕਿਹੜੀ ਉਪਾਸਨਾ ਕਰਨੀ ਮੁੱਖ ਦੱਸੀ ਹੈ, ਭਾਵ ਭਗਤੀ ਕਿਹੜੀ ਕਰਨੀ ਚਾਹੀਦੀ ਹੈ,
ਕਿਹੜੀ ਮੁੱਖ ਭਗਤੀ ਦਾ ਉਹਨਾਂ ਨੇ ਉਪਦੇਸ਼ ਕੀਤਾ, ਹੁਕਮ ਕੀਤਾ, ਆਗਿਆ ਕੀਤੀ ਹੈ? ਨੌ ਤਰ੍ਹਾਂ ਦੀ ਗਰੀਬ ਨਿਵਾਜੀ ਭਗਤੀ ਹੈ, ਸਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ ਦਾਸਾ ਸਖਮ ਸਖਪਨ ਬੰਦਨਾ ਸਰਵਨ ਵੇਦਨ ਜਾਨ, ਇਹ ਨੌ ਤਰ੍ਹਾਂ ਦੀ ਭਗਤੀ ਹੈ, ਪਰ ਉਹਨਾਂ ਨੇ ਮੁੱਖ ਭਗਤੀ ਕਿਹੜੀ ਦੱਸੀ ਹੈ? ਨਿਰਗੁਣ ਕੈ ਸਰਗੁਣ ਕੀ ਗਾਈ, ਉਹਨਾਂ ਨੇ ਕੀ ਕਿਹਾ ਕਿ ਨਿਰਗੁਣ ਨਿਰਾਕਾਰ ਦੀ ਭਗਤੀ ਕਰਨੀ ਹੈ ਜਾਂ ਸਰਗੁਣ ਦੀ? ਸਰਗੁਣ ਸਰੂਪ ਨੂੰ ਮੰਨਣਾ ਜਾਂ ਨਿਰਾਕਾਰ ਨੂੰ ਮੰਨਣਾ, ਇਹਨਾਂ ਦੋਨਾਂ ਵਿੱਚੋਂ ਕਿਹੜੀ ਉਹਨਾਂ ਨੇ ਭਗਤੀ ਕਰਨ ਦੀ ਆਗਿਆ ਕੀਤੀ ਹੈ? ਕਿਮ ਨਿਸ਼ਚਾ ਆਪਣੋ ਪ੍ਰਗਟਾਇਓ, ਉਹਨਾਂ ਦਾ ਕੀ ਨਿਸ਼ਚਾ ਸੀ, ਭਾਵ ਉਹਨਾਂ ਦਾ ਕੀ ਸਿਧਾਂਤ ਸੀ ਜੋ ਉਹਨਾਂ ਨੇ ਅੱਗੇ ਸੰਗਤਾਂ ਨੂੰ ਦੱਸਿਆ ਹੈ? ਬਹੁ ਸਿੱਖਣ ਕੋ ਪੰਥ ਬਤਾਇਓ, ਬਹੁਤ ਸਿੱਖਾਂ ਨੂੰ ਇਹ ਭਗਤੀ ਦਾ ਗੁਰਸਿੱਖੀ ਦਾ ਰਸਤਾ ਉਹਨਾਂ ਨੇ ਆਪ ਕਿਰਪਾ ਕਰਕੇ ਦਿਖਾਇਆ ਹੈ। ਸ਼੍ਰੀ ਅਰਜਨ ਸੁਣ ਸੁਮਤ ਬਤਾਈ, ਧੰਨ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦੀ ਬੇਨਤੀ ਸੁਣ ਕੇ ਇਹਨਾਂ ਨੂੰ ਸ੍ਰੇਸ਼ਟ ਸੁਮਤ ਦੇਣ ਵਾਸਤੇ ਸਾਰਾ ਨਿਰਣੇ ਪੂਰਵਕ ਉੱਤਰ ਦੇਣਾ ਕੀਤਾ ਹੈ। ਨਿਸਫਲ ਅਸ ਸੰਦੇਹ ਉਠਾਈ, ਮਹਾਰਾਜ ਕਹਿੰਦੇ ਜਿਹੜਾ ਤੁਸੀਂ ਸਵਾਲ ਕੀਤਾ ਹੈ ਇਸ ਦਾ ਕੋਈ ਮਤਲਬ ਨਹੀਂ ਬਣਦਾ, ਨਿਸ਼ਫਲ ਹੈ। ਐਸਾ ਸੰਦੇਹ, ਐਸਾ ਸਵਾਲ, ਐਸੀ ਸ਼ੰਕਾ ਤੁਹਾਡੇ ਮਨ ਵਿੱਚ ਆਉਣੀ ਨਹੀਂ ਚਾਹੀਦੀ। ਇਹ ਸ਼ੰਕਾ ਦਾ, ਇਹ ਸਵਾਲ ਦਾ ਕੋਈ ਮਤਲਬ ਹੀ ਨਹੀਂ ਬਣਦਾ ਹੈ। ਨਿਰਗੁਣ ਸਰਗੁਣ ਤੋ ਦੋਏ ਕਹੀ ਹੈ, ਮਹਾਰਾਜ ਕਹਿਣ ਲੱਗੇ ਨਿਰਗੁਣ ਸਰਗੁਣ ਦੋ ਵੱਖ ਨਹੀਂ ਹਨ। ਜੇ ਤਾਂ ਦੋ ਵੱਖ ਵੱਖ ਹੋਣ ਆਪਸ ਵਿੱਚ, ਫਿਰ ਤਾਂ ਉਹਨਾਂ ਦੀ ਭਗਤੀ ਵੀ ਵੱਖਰੀ ਵੱਖਰੀ ਜੁਦਾ ਜੁਦਾ ਦੱਸੀ ਜਾਂਦੀ। ਜੋ ਇਨ ਵਿਖਿਆ ਭੇਦ ਕੁਛ ਲਹੀ ਹੈ, ਇਹ ਕਰਕੇ ਇਹਨਾਂ ਵਿੱਚ ਕੋਈ ਆਪਸ ਵਿੱਚ ਫਰਕ ਹੋਵੇ ਫਿਰ ਤਾਂ ਮਹਾਰਾਜ ਦੱਸਦੇ ਨਿਰਗੁਣ ਵੀ ਸਰਗੁਣ ਇੱਕੋ ਹੀ ਰੂਪ ਹਨ। ਸ਼੍ਰੀ ਮੁਖ ਵਾਕ ਸਲੋਕ ਸਰਗੁਣ ਨਿਰਗੁਣ ਨਿਰੰਕਾਰ। ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦਾ ਇਹ ਸਲੋਕ ਉਚਾਰਿਆ ਕਿ ਜਿਹੜਾ ਸਰਗੁਣ ਸਰੀਰ ਦੇ ਸਹਿਤ ਹੁੰਦਾ, ਜਿਵੇਂ ਗੁਰੂ ਸਾਹਿਬਾਨਾਂ ਨੇ ਮਨੁੱਖੀ ਜਾਮੇ ਵਿੱਚ 10 ਰੂਪ ਧਾਰੇ, ਦੂਸਰੇ ਅਵਤਾਰਾਂ ਨੇ ਆਪੋ ਆਪਣੇ ਜਾਮੇ ਧਾਰੇ, ਪੈਗੰਬਰਾਂ ਨੇ ਮਨੁੱਖਾ ਜਾਮਾ ਧਾਰਿਆ, ਇਉਂ ਸਾਧ ਸੰਗਤ ਜੀ ਨੂੰ ਸਰਗੁਣ ਕਿਹਾ ਜਾਂਦਾ ਹੈ। ਆਪਾਂ ਜਿਹੜਾ ਸਰੀਰ ਲਈ ਬੈਠੇ ਹਾਂ, ਸੌਖਾ ਸਮਝਣ ਲਈ ਆਪਾਂ ਸਰਗੁਣ ਦੀ ਸਰਗੁਣ ਦੇ ਦਾਇਰੇ ਵਿੱਚ ਆਉਂਦੇ ਹਾਂ। ਨਿਰਾਕਾਰ ਜਿਹੜਾ ਹੈ ਉਹ ਸਾਨੂੰ ਦਿਖਾਈ ਨਹੀਂ ਦਿੰਦਾ। ਸੌਖਾ ਸਮਝਣ ਲਈ ਮਨ ਕਦੇ ਅਸੀਂ ਵੇਖਿਆ, ਪਰ ਮਨ ਸਾਰੀ ਹਰਕਤ ਕਰਦਾ ਹੈ, ਦਿਖਾਈ ਨਹੀਂ ਉਹ ਦਿੰਦਾ। ਇਸੇ ਤਰ੍ਹਾਂ ਹੋਰ ਵੀ ਬਹੁਤ ਵਸਤੂਆਂ ਦਿਖਾਈ ਨਹੀਂ ਦਿੰਦੀਆਂ, ਜਿਨ੍ਹਾਂ ਦਾ ਕੋਈ ਆਕਾਰ ਨਹੀਂ, ਵਜੂਦ ਨਹੀਂ, ਉਹਨੂੰ ਨਿਰਾਕਾਰ ਕਿਹਾ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸਰਗੁਣ ਵੀ ਨਿਰਗੁਣ ਵੀ ਨਿਰੰਕਾਰ ਪਰਮੇਸ਼ਰ ਆਪ ਹੀ ਹੈ, ਸਰੀਰਾਂ ਦੇ ਵਿੱਚ ਵਰਤਦਾ। ਜਦੋਂ ਉਹਨੂੰ ਸਰਗੁਣ ਕਿਹਾ ਜਾਂਦਾ ਹੈ, ਜਦੋਂ ਸਰੀਰਾਂ ਤੋਂ ਭਿੰਨ ਰਹਿੰਦਾ ਉਦੋਂ ਉਹ ਨਿਰਾਕਾਰ ਹੈ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹੁਗੁਣ ਤੇ ਪ੍ਰਭਿੰਨ ਤੇ ਸਹਿ ਬਝਾਏ, ਨਾਨਕਾ ਜਿਸ ਹੋਵੇ ਸੋ ਪ੍ਰਸੰਨ ਹੈ। ਦੋਨੋਂ ਥਾਵਾਂ 'ਤੇ ਨਿਰਾਕਾਰ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਸਰੀਰਾਂ ਵਿੱਚ ਵਰਤ ਕੇ ਸਾਰੀ ਕਿਰਿਆ ਕਰਾਉਂਦਾ ਤਾਂ ਉਹ ਸਰਗੁਣ ਅਖਵਾਉਂਦਾ, ਜਦੋਂ ਸਰੀਰਾਂ ਤੋਂ ਭਿੰਨ ਹੈ ਫਿਰ ਉਹ ਸਤਿ ਚਿਤ ਆਨੰਦ ਸ਼ੁੱਧ
ਬ੍ਰਹਮ ਵਿਆਪਕ ਸਰੂਪ ਹੈ ਵਾਹਿਗੁਰੂ। ਇਸ ਕਰਕੇ ਉਹ ਨਿਰੰਕਾਰ ਅਕਾਲ ਪੁਰਖ ਦੋਨਾਂ ਰੂਪਾਂ ਵਿੱਚ ਹੀ ਵਰਤਦਾ, ਸਰਗੁਣ ਰੂਪ ਵੀ ਆਪ ਹੈ, ਨਿਰਗੁਣ ਵੀ ਆਪ ਹੈ। ਸੁਨ ਸਮਾਧੀ ਆਪ, ਆਪ ਹੀ ਅਫੁਰ ਅਵਸਥਾ ਦੇ ਵਿੱਚ ਸਮਾਧੀ ਵਿੱਚ ਜੁੜਿਆ ਹੋਇਆ ਹੈ। ਜਦੋਂ ਫੁਰਨਾ ਨਹੀਂ ਉਠਾਉਂਦਾ ਕੋਈ, ਉਦੋਂ ਨਿਰੰਕਾਰ ਕਿਹਾ ਜਾਂਦਾ ਹੈ ਉਸ ਨੂੰ, ਜਦੋਂ ਫੁਰਨੇ ਤੋਂ ਰਹਿਤ ਸਮਾਧੀ ਵਿੱਚ ਬੈਠਾ ਹੁੰਦਾ ਹੈ। ਸਿੱਖ ਦਾ ਵੀ ਲਕਸ਼ ਇਹੀ ਹੈ, ਨਾਮ ਅਭਿਆਸ ਸੇਵਾ ਸਿਮਰਨ ਸਤਸੰਗਤ ਕਰਦਿਆਂ ਕਰਦਿਆਂ ਜਦੋਂ ਅਫੁਰ ਅਵਸਥਾ ਵਿੱਚ ਮਨ ਚੱਲਿਆ ਜਾਏ, ਕੋਈ ਸੰਕਲਪ ਕੋਈ ਫੁਰਨਾ ਨਾ ਉੱਠੇ, ਉਦੋਂ ਸਮਝ ਲਵੇ ਕਿ ਸਾਧਨ ਕੀਤਾ ਹੋਇਆ ਹੁਣ ਸਫਲਾ ਹੋ ਰਿਹਾ ਹੈ। ਫੁਰਨਿਆਂ ਤੋਂ ਰਹਿਤ ਹੀ ਹੋਣਾ ਹੈ ਅਸਲ ਤਾਂ। ਵਾਸ਼ਨਾਵਾਂ ਮਿਟ ਜਾਣ, ਫੁਰਨੇ ਮਿਟ ਜਾਣ ਔਰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏ, ਇਹੀ ਅਸਲੀ ਮਨੁੱਖਾ ਜੀਵਨ ਦਾ ਮੁੱਖ ਮਕਸਦ ਹੈ। ਪਰ ਬੜੀ ਕਠਿਨ ਸਾਧਨਾ ਹੈ, ਗੁਰੂ ਸਾਹਿਬ ਕਿਰਪਾ ਕਰ ਦੇਣ। ਇਸ ਕਰਕੇ ਉਹ ਫੁਰ ਸਰੂਪ ਵਿੱਚ ਜਦੋਂ ਆਪ ਬੈਠਾ ਹੈ ਤਾਂ ਉਹ ਫਿਰ ਨਿਰਾਕਾਰ ਹੈ। ਆਪਨ ਕੀਆ ਨਾਨਕ, ਧੰਨ ਗੁਰੂ ਅਰਜਨ ਦੇਵ ਜੀ ਕਹਿ ਰਹੇ, ਆਪ ਹੀ ਉਸ ਵਾਹਿਗੁਰੂ ਨੇ ਸੰਸਾਰ ਨੂੰ ਕੀਆ, ਪੈਦਾ ਕੀਤਾ, ਬਣਾਇਆ ਵੀ ਉਹਨੇ ਆਪ ਹੀ ਹੈ। ਆਪੇ ਹੀ ਫਿਰ ਜਾਪ, ਉਹ ਗੁਰਮੁਖਾਂ ਦੇ ਵਿੱਚ ਜਗਿਆਸੂਆਂ ਦੇ ਵਿੱਚ ਬੈਠ ਕੇ ਆਪਣਾ ਜਾਪ ਵੀ ਆਪ ਹੀ ਜਪਾ ਰਿਹਾ, ਨਾਮ ਜਪਦਿਆਂ ਬਾਣੀ ਪੜ੍ਹਦਿਆਂ ਹਮੇ ਹੰਗਤਾ ਨਾ ਆਏ, ਮਨ ਵਿੱਚ ਮਾਣ ਨਾ ਆਏ। ਇਹੀ ਸਮਝਣਾ ਕਿ ਜਿਹੜਾ ਨਾਮ ਜਪਾਉਂਦਾ ਇਹ ਵਾਹਿਗੁਰੂ ਪਰਮੇਸ਼ਰ ਮੇਰੇ 'ਤੇ ਕਿਰਪਾ ਕਰਕੇ ਆਪ ਹੀ ਆਪਣਾ ਜਾਪ ਜਪਾ ਰਿਹਾ, ਆਪ ਹੀ ਬਾਣੀ ਪੜ੍ਹਾ ਰਿਹਾ, ਆਪ ਹੀ ਸੇਵਾ ਕਰਾ ਰਿਹਾ। ਹਉਮੈ ਤੋਂ ਰਹਿਤ ਹੋਣ ਦੀ ਇਹ ਇੱਕ ਜੁਗਤੀ ਹੈ, ਤਰੀਕਾ ਹੈ। ਇਸ ਲਈ ਸਾਰਿਆਂ ਨੂੰ ਆਪ ਹੀ ਪੈਦਾ ਕਰਦਾ ਔਰ ਸਾਰਿਆਂ ਵਿੱਚ ਬੈਠ ਕੇ ਆਪ ਹੀ ਆਪਣੇ ਜਾਪ ਨੂੰ ਜਪਾ ਰਿਹਾ ਹੈ। ਜਿਹੜੇ ਗੁਰਮੁਖਾਨ ਵਾਹਿਗੁਰੂ ਦੇ ਪਿਆਰੇ ਉਹਦੇ ਜਾਪ ਨੂੰ ਜਪਦੇ ਹੈ। ਜਪਣ ਵਾਲੇ ਭਾਈ ਸਰਗੁਣ ਰੂਪ ਵਿੱਚ ਹੈ, ਜਿਹੜਾ ਜਾਪ ਹੈ ਉਹ ਨਿਰਾਕਾਰ ਦਾ ਵਾਚਕ ਹੈ। ਚੌਪਈ ਪਾਰ ਬ੍ਰਹਮ ਨਿਤ ਇੱਛਾ ਕਰਕੇ, ਜਦੋਂ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਹਿਰਦੇ ਵਿੱਚ ਆਪਣੀ ਸਵੈ ਇੱਛਾ ਨਾਲ ਇਹ ਸੰਕਲਪ ਇਹ ਫੁਰਨਾ ਕੀਤਾ। ਕਈ ਵਾਰ ਫੁਰਨੇ ਆਪਣੇ ਆਪ ਪੈਦਾ ਹੁੰਦੇ ਹੈ, ਕਈ ਵਾਰੀ ਕਿਸੇ ਦੇ ਸੰਸਕਾਰ ਪਾਉਣ ਤੋਂ ਮਨ ਵਿੱਚ ਕੋਈ ਖਿਆਲ ਆ ਜਾਂਦਾ, ਕੋਈ ਫੁਰਨਾ ਉੱਠ ਪੈਂਦਾ। ਉਹ ਵਾਹਿਗੁਰੂ ਨੂੰ ਜਦੋਂ ਆਪਣੇ ਹਿਰਦੇ ਵਿੱਚ ਉਹਦੇ ਇੱਛਾ ਹੋਈ, ਸਗੁਣ ਸਰੂਪ ਆਪਣੋ ਧਰਕ, ਉਹਨੇ ਫਿਰ ਸਰਗੁਣ ਰੂਪ ਦੇ ਵਿੱਚ ਅਵਤਾਰਾਂ ਦੇ ਰੂਪ ਵਿੱਚ ਮਾਤ ਲੋਕ ਤੇ ਸਰੀਰ ਧਾਰ ਕੇ ਆਉਣਾ ਕੀਤਾ। ਜਗ ਕੀ ਸਕਲ ਮਿਰਜਾਦ ਕਰਾਵੇ, ਸੰਸਾਰ ਦੀ ਸਾਰੀ ਮਰਜ਼ਾਦਾ ਬਣਾਈ, ਸਾਰੇ ਲੋਕਾਂ ਨੂੰ ਅਸੂਲਾਂ ਦੇ ਵਿੱਚ ਚਲਾਇਆ, ਮਰਜ਼ਾਦਾ ਦੱਸੀ, ਸਾਰੀ ਮਰਜ਼ਾਦਾ ਕਰਾਉਂਦਾ ਹੈ ਜਿੰਨੇ ਵੀ ਜੀਵ ਕਿਰਿਆ ਕਰਮ ਕਰਦੇ ਹੈ। ਸਭ ਕੀ ਪਾਲਣ ਕਰ ਜੀਵਾ ਵਹ, ਸਾਰਿਆਂ ਨੂੰ ਪਾਲਦਾ, ਸਾਰਿਆਂ ਨੂੰ ਜਿਵਾਉਂਦਾ ਹੈ, ਰੋਡੀ ਰਿਜਕ ਦਿੰਦਾ ਹੈ। ਧਰ ਅਵਤਾਰਨ ਦੁਸ਼ਟ ਬਿਨਾਸੈ, ਅਵਤਾਰ ਧਾਰ ਕੇ ਪਾਪੀਆਂ ਦਾ ਦੁਸ਼ਟਾਂ ਦਾ ਨਾਸ਼ ਕਰਦਾ, ਧਰਮੀਆਂ ਦੀ ਤੇ ਲੁਕਵਾਈ ਦੀ ਰੱਖਿਆ ਕਰਦਾ ਹੈ ਵਾਹਿਗੁਰੂ। ਸੁਖ ਸੰਤਨ ਕੇ ਹਿਰਦੈ ਪ੍ਰਕਾਸ਼, ਜੋ ਸੰਤ ਹੈ ਸੁਖ ਸਰੂਪ ਵਾਹਿਗੁਰੂ ਉਹਨਾਂ ਦੇ ਹਿਰਦੇ ਵਿੱਚ ਪ੍ਰਤੱਖ ਹੋ ਕੇ ਪ੍ਰਗਟ ਹੋ ਜਾਂਦਾ, ਨਾਮ ਜਪਦਿਆਂ ਜਪਦਿਆਂ
ਗੁਰੂ ਦੀ ਕਿਰਪਾ ਨਾਲ ਸੰਤਾਂ ਦੇ ਹਿਰਦੇ ਵਿੱਚ ਵਾਹਿਗੁਰੂ ਪ੍ਰਤੱਖ ਪ੍ਰਗਟ ਹੋ ਜਾਂਦਾ ਹੈ ਜਾਂ ਉਹਦਾ ਨਾਮ ਉਹਨਾਂ ਦੇ ਹਿਰਦੇ ਵਿੱਚ ਪ੍ਰਕਾਸ਼ਦਾ ਹੈ। ਪੁੰਨ ਸੋਈ ਨਿਰਇਛਤ ਹੋਏ, ਸਾਰੇ ਕਾਰਜ ਕਰਕੇ ਫਿਰ ਨਿਰਇਛਤ ਹੋ ਕੇ ਆਪਣੇ ਨਿਰਾਕਾਰ ਸਰੂਪ ਵਿੱਚ ਲੀਨ ਹੋ ਜਾਂਦਾ ਹੈ ਵਾਹਿਗੁਰੂ। ਨਿਰਗੁਣ ਬਣੇ ਆਕਾਰ ਸੁਖ ਹੋਏ, ਆਪਣੇ ਆਕਾਰ ਜਿਹੜੇ ਆ ਉਹਨਾਂ ਨੂੰ ਮੇਟ ਕੇ ਨਿਰਗੁਣ ਬਣ ਜਾਂਦਾ, ਆਕਾਰਾਂ ਤੋਂ ਰਹਿਤ ਸਰਗੁਣ ਰੂਪ ਧਾਰ ਕੇ ਸਰੀਰ ਧਾਰ ਲੈਂਦਾ, ਸਾਰਾ ਕੁਝ ਕਰ ਕਰਾ ਕੇ ਫਿਰ ਅਲੋਪ ਹੋ ਜਾਂਦਾ, ਫਿਰ ਉਹ ਨਿਰਾਕਾਰ ਹੈ। ਜਥਾ ਹੋਏ ਮਹਿਪਾਲਕ ਏਕ, ਹੋਰ ਦ੍ਰਿਸ਼ਟਾਂਤ ਦਿੰਦੇ ਆ ਸਤਿਗੁਰੂ, ਕਹਿੰਦੇ ਜਿਵੇਂ ਕੋਈ ਧਰਤੀ ਦਾ ਇੱਕ ਰਾਜਾ ਹੋਵੇ। ਜਬ ਇੱਛਾ ਕੋ ਧਰੈ ਬਿਵੇਕ, ਜੋ ਇੱਛਾ ਦਾ ਮਨ ਵਿੱਚ ਕੋਈ ਫੁਰਨਾ, ਕੋਈ ਖਿਆਲ ਦਾ, ਕੋਈ ਉਹਨੂੰ ਗਿਆਨ ਧਾਰਨ ਕਰਦਾ, ਮਨ ਵਿੱਚ ਕੋਈ ਇੱਛਾ ਦਾ ਖਿਆਲ ਉਹਦੇ ਉਤਪੰਨ ਹੁੰਦਾ, ਇਹ ਉਹਨੂੰ ਇੱਛਾ ਫੁਰਦੀ ਹੈ ਤੇ ਇੱਛਾ ਦੇ ਨਾਲ ਹੀ ਇੱਛਾ ਦਾ ਜਦੋਂ ਉਹ ਗਿਆਨ ਧਾਰਨ ਕਰਦਾ ਹੈ। ਵਸਤਰ ਸ਼ਸਤਰ ਕੋ ਪਹਿਰੇ ਤਨ ਮੈਂ, ਫਿਰ ਸਰੀਰ ਉੱਤੇ ਵਸਤਰ ਵੀ ਔਰ ਸ਼ਸਤਰ ਵੀ ਧਾਰਨ ਕਰਦਾ ਆਪਣੀ ਇੱਛਾ ਆਪਣਾ ਸੰਕਲਪ ਪੂਰਾ ਕਰਨ ਵਾਸਤੇ। ਬੈਠੇ ਸਭਾ ਵਿਖੇ ਮੁਦ ਮਨ ਮੈਂ, ਫਿਰ ਲੋਕਾਂ ਦੀ ਸਭਾ ਵਿੱਚ ਸਿੰਘਾਸਨ ਤੇ ਬੈਠ ਕੇ ਬੜੀ ਪ੍ਰਸੰਨਤਾ ਦੇ ਨਾਲ ਆ ਕੇ ਬੈਠਦਾ ਤੇ ਸਾਰੇ ਕੰਮ ਕਰਾਉਂਦਾ, ਲੋਕਾਂ ਨੂੰ ਦੱਸ ਦੱਸ ਕੇ ਆਗਿਆ ਦਿੰਦਾ, ਹੁਕਮ ਦਿੰਦਾ ਹੈ। ਨਿਜ ਇੱਛਾ ਜਬ ਤਜਬੇ ਧਰੈ, ਜਦੋਂ ਭਾਈ ਆਪਣੀ ਇੱਛਾ ਉਹਦੀ ਹੁੰਦੀ ਹੈ ਕਿ ਹੁਣ ਸਾਰਿਆਂ ਨੇ ਥਾਂ ਸਾਰੇ ਲੋਕਾਂ ਨੂੰ ਥਾਂ ਥਾਈ ਕੰਮੋ ਕੰਮੀ ਲਾ ਦਿੱਤਾ, ਫਿਰ ਆਪਣੀ ਇੱਛਾ ਨੂੰ ਛੱਡ ਕੇ ਤਿਆਗ ਕੇ ਸ਼ਸਤਰ ਵਸਤਰ ਤਨ ਤੇ ਪਰਹਰੈ, ਫਿਰ ਸਭਾ ਵਿੱਚੋਂ ਉੱਠ ਕੇ ਆਪਣੇ ਮਹਿਲਾਂ ਵਿੱਚ ਆ ਜਾਂਦਾ ਔਰ ਆਪਣੇ ਵਸਤਰ ਅਤੇ ਸ਼ਸਤਰ ਤਨ ਤੋਂ ਪਾਸੇ ਕਰਕੇ। ਹੋਏ ਏਕਾਕੀ ਸਹਿਜਾ ਸੋਵੈ, ਫਿਰ ਇਕੱਲਾ ਆਪਣੇ ਮਹਿਲਾਂ ਵਿੱਚ ਬੈਠ ਕੇ ਸਹਿਜਾ ਤੇ ਆ ਕੇ ਆਰਾਮ ਕਰਦਾ, ਸੌਂਦਾ ਬਰਾਜਦਾ ਹੈ, ਇਉਂ ਫਿਰ ਆਰਾਮ ਵਿੱਚ ਟਲਿਆ ਜਾਂਦਾ ਹੈ ਰਾਜਾ। ਤਬ ਤਿਸ ਕੋ ਨ ਬਿਲੋਚਨ ਜੋਵੈ, ਫਿਰ ਉਹਨੂੰ ਕੋਈ ਵੀ ਨਹੀਂ ਵੇਖਦਾ ਕਿ ਰਾਜਾ ਹੁਣ ਕਿੱਥੇ ਗਿਆ, ਕੀ ਕਰ ਰਿਹਾ, ਫਿਰ ਕਿਸੇ ਨੂੰ ਕੋਈ ਪਤਾ ਨਹੀਂ ਹੈ, ਨਾ ਕੋਈ ਉਸ ਨੂੰ ਵੇਖਦਾ ਹੈ ਆਰਾਮ ਕਰਦੇ ਹੋਏ ਨੂੰ। ਜੋ ਰਾਜਾ ਢਿੱਗ ਕਰੇ ਪੁਕਾਰਨ, ਪਰ ਜੇ ਕੋਈ ਦੁਖੀ ਬੰਦਾ ਰਾਜੇ ਦੇ ਕੋਲੇ ਜਾ ਕੇ ਪੁਕਾਰ ਕਰਦਾ, ਆਪਣੀ ਫਰਿਆਦ ਕਰਦਾ ਹੈ, ਲੇਹ ਨਾਮ ਬਸ ਜਸ ਉਚਾਰਨ, ਰਾਜੇ ਦਾ ਨਾਮ ਲੈ ਕੇ ਉਹਦਾ ਜਸ ਉਚਾਰਦਾ ਕਿ ਹੇ ਰਾਜਾ ਤੂੰ ਬੜਾ ਧਰਮ ਧਾਰੀ ਹੈ, ਪਰਜਾ ਪਾਲਕ ਹੈ, ਦੁੱਖਾਂ ਦਾ ਨਾਸ ਕਰਨ ਵਾਲਾ, ਇਉਂ ਰਾਜੇ ਦਾ ਨਾਮ ਲੈ ਕੇ ਉਹਦਾ ਜਸ ਕਰਦਾ ਔਰ ਉਹਦੇ ਅੱਗੇ ਉੱਚੀ ਬੋਲ ਕੇ ਫਰਿਆਦ ਕਰਦਾ। ਜਦੋਂ ਜੇ ਨ੍ਰਿਪ ਸਭਾ ਮਾਹੇ ਕੇ ਅੰਤਰ, ਪੁਕਾਰ ਕਰਨ ਵਕਤ ਜੇ ਕੋਈ ਬੰਦਾ ਆ ਕੇ ਫਰਿਆਦੀ ਬਣ ਕੇ ਰਾਜੇ ਦੀ ਸਭਾ ਵਿੱਚ ਜਾਂ ਮਹਿਲਾਂ ਵਿੱਚ ਕੋਈ ਫਰਿਆਦ ਕਰਦਾ, ਭਾਵੇਂ ਰਾਜਾ ਸਭਾ ਵਿੱਚ ਬੈਠਾ ਹੋਵੇ ਭਾਵੇਂ ਅੰਦਰ ਆਪਣੇ ਮਹਿਲਾਂ ਵਿੱਚ ਬੈਠਾ ਹੋਵੇ, ਸੁਣੈ ਪੁਕਾਰਨ ਸੁਜਸ ਨਿਰੰਤਰ, ਉਹ ਆਪਣਾ ਜਸ ਆਪਣੀ ਮਹਿਮਾ ਸੁਣ ਕੇ ਫਰਿਆਦੀ ਦੀ ਪੁਕਾਰ ਨੂੰ ਦੋਨੋਂ ਥਾਵਾਂ ਤੇ ਸੁਣ ਲੈਂਦਾ, ਮਹਿਲਾਂ ਵਿੱਚ ਬੈਠਾ ਵੀ ਸੁਣ ਲੈਂਦਾ, ਸਭਾ ਵਿੱਚ ਬੈਠਾ ਬਾਹਰ ਵੀ ਸੁਣਦਾ ਹੈ। ਦੋਨੋਂ ਥਲ ਤੇ ਕਰੈ ਸਹਾਏ, ਪੁਰਾਣੇ ਸਮਿਆਂ 'ਚ ਸੰਗਤ ਜੀ ਰਾਜਿਆਂ ਨੇ ਇੱਕ ਨਿਯਮ ਬਣਾਇਆ ਹੁੰਦਾ ਸੀ ਕਿ ਕਈ ਵਾਰੀ ਰਾਜ ਦਰਬਾਰਾਂ ਵਿੱਚ
ਵਜ਼ੀਰ ਅਮੀਰ ਅਹਿਲਕਾਰ ਜਾਂ ਪਹਿਰੇਦਾਰ ਕਿਸੇ ਫਰਿਆਦੀ ਨੂੰ ਕਈ ਵਾਰੀ ਸਭਾ ਵਿੱਚ ਦਾਖਲ ਹੋਣ ਤੋਂ ਰੋਕ ਦਿੰਦੇ ਸਨ ਆਪਣੀ ਮਰਜ਼ੀ ਨਾਲ। ਫਿਰ ਰਾਜਿਆਂ ਨੇ ਇਹ ਇੱਕ ਰਸਤਾ ਬਣਾਇਆ ਹੋਇਆ ਸੀ ਕਿ ਜੇ ਕਿਸੇ ਫਰਿਆਦੀ ਦੀ ਕੋਈ ਪੁਕਾਰ ਸਭਾ ਵਿੱਚ ਆਉਣ ਤੋਂ ਨਹੀਂ ਸੁਣਨ ਵਾਸਤੇ ਮੌਕਾ ਦਿੰਦਾ ਤਾਂ ਫਲਾਨੀ ਥਾਂ ਤੋਂ ਉੱਚੀ ਥਾਂ ਤੋਂ ਖੜ ਕੇ ਉਹ ਰਾਜਿਆਂ ਨੇ ਘੜਿਆਲ ਦੇ ਨਾਲ ਘੰਟੇ ਦੇ ਨਾਲ ਇੱਕ ਰੱਸੀ ਬੰਨ੍ਹੀ ਹੁੰਦੀ ਸੀ ਕਿ ਉਸ ਤੱਕ ਜਾਣ ਲਈ ਉਹਨੂੰ ਕੋਈ ਰੋਕ ਨਹੀਂ ਸਕਦਾ ਸੀ। ਉਹ ਆਪਣੀ ਮਰਜ਼ੀ ਨਾਲ ਫਿਰ ਉੱਥੋਂ ਘੜਿਆਲ ਖੜਕਾ ਦਿੰਦੇ ਸਨ, ਘੰਟੀ ਵਜਾ ਦਿੰਦੇ ਸਨ। ਔਰ ਉਹ ਘੜਿਆਲ ਭਾਵੇਂ ਰਾਜਾ ਸਭਾ ਵਿੱਚ ਬੈਠਾ ਭਾਵੇਂ ਰਾਜਾ ਮਹਿਲਾਂ ਵਿੱਚ ਬੈਠਾ, ਜਦੋਂ ਉਹਦੇ ਕੰਨ ਵਿੱਚ ਉਹ ਆਵਾਜ਼ ਪੈਣੀ ਤਾਂ ਫਰਿਆਦੀ ਦੇ ਕੋਲ ਆ ਕੇ ਉਹਦੀ ਫਰਿਆਦ ਸੁਣਨੀ, ਉਹਦਾ ਦੁੱਖ ਦੂਰ ਕਰਨਾ, ਉਹਦੀ ਮਦਦ ਕਰਨੀ, ਸਹਾਇਤਾ ਕਰਨੀ। ਜਾਂ ਕਈ ਵਾਰੀ ਰਾਜ ਦਰਬਾਰ ਦੇ ਵਿੱਚ ਐਸੀ ਕੋਈ ਘਟਨਾ ਵਾਪਰਨੀ, ਕਿਸੇ ਦੂਸਰੇ ਰਾਜੇ ਨੇ ਹਮਲਾ ਕਰਨ ਦੀ ਤਿਆਰੀ ਕਰਕੇ ਹਮਲਾ ਕਰਨਾ, ਤਾਂ ਫਿਰ ਵਜ਼ੀਰ ਅਮੀਰ ਮਹਿਲਾਂ ਵਿੱਚ ਜਾ ਨਹੀਂ ਸਕਦੇ ਸਨ, ਫਿਰ ਉਦੋਂ ਉਹਨਾਂ ਨੇ ਘੰਟੀ ਖੜਕਾ ਦੇਣੀ, ਰਾਜੇ ਨੂੰ ਪਤਾ ਲੱਗ ਜਾਣਾ ਕਿ ਇਸ ਵਕਤ ਕੋਈ ਜ਼ਰੂਰੀ ਮੇਰੇ ਤੱਕ ਕੋਈ ਜ਼ਰੂਰੀ ਫਰਿਆਦ ਆਈ ਹੈ, ਕੋਈ ਜ਼ਰੂਰੀ ਕੰਮ ਹੈ। ਤੁਰੰਤ ਰਾਜਾ ਫਿਰ ਬਾਹਰ ਆ ਕੇ ਸਾਰੀ ਗੱਲ ਦਾ ਨਿਰੀਖਣ ਕਰਿਆ ਕਰਦਾ, ਪੁੱਛਦਾ। ਸੋ ਇਉਂ ਇੱਥੇ ਉਚਾਰਨ ਕਰ ਰਹੇ ਹੈ ਕਿ ਫਰਿਆਦੀ ਦੀ ਫਰਿਆਦ ਭਾਵੇਂ ਉਹ ਰਾਜਾ ਸਭਾ ਵਿੱਚ ਹੈ ਭਾਵੇਂ ਮਹਿਲਾਂ ਵਿੱਚ ਹੈ, ਦੋਨੋਂ ਥਾਵਾਂ ਤੇ ਆਪਣੇ ਫਰਿਆਦੀ ਦੀ ਪੁਕਾਰ ਨੂੰ ਸੁਣਦਾ ਹੈ। ਸਗਰੇ ਸੰਕਟ ਕੋ ਬਿਨ ਸਾਏ, ਦੋਨੋਂ ਥਲ ਤੇ ਕਰੇ ਸਹਾਏ। ਰਾਜਾ ਸਭਾ ਵਿੱਚੋਂ ਵੀ ਆਏ ਦੁਖੀ ਦੀ ਮਦਦ ਕਰਦਾ, ਸਹਾਇਤਾ ਕਰਦਾ, ਰੱਖਿਆ ਕਰਦਾ। ਮਹਿਲਾਂ ਵਿੱਚ ਫਰਿਆਦ ਪਹੁੰਚ ਗਈ ਕੰਨਾਂ ਵਿੱਚ ਕਿਸੇ ਵੀ ਤਰੀਕੇ ਨਾਲ, ਉੱਥੋਂ ਉਦੋਂ ਹੀ ਆਰਡਰ ਦੇ ਦਿੰਦਾ ਕਿ ਜਾਓ, ਕੋਈ ਦੁਖੀ ਫਰਿਆਦੀ ਪੁਕਾਰੂ ਆਇਆ ਉਸ ਦੀ ਗੱਲ ਸੁਣ ਕੇ ਉਹਦੀ ਮਦਦ ਕਰੋ, ਸਹਾਇਤਾ ਕਰੋ। ਦੋਨੋਂ ਥਾਵਾਂ ਤੋਂ ਸਹਾਇਤਾ ਕਰਦਾ ਔਰ ਫਰਿਆਦੀ ਦੇ, ਪੁਕਾਰ ਕਰਨ ਵਾਲੇ ਦੇ ਸਾਰੇ ਸੰਕਟ ਦੁੱਖਾਂ ਨੂੰ ਨਾਸ਼ ਕਰਦਾ ਮਦਦ ਕਰਕੇ। ਤਿਮ ਸ਼੍ਰੀ ਨਾਨਕ ਪੰਥ ਬਤਾਇਓ, ਤਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰਸਿੱਖੀ ਦਾ ਮਾਰਗ, ਇਹ ਪੰਥ ਸੰਸਾਰ ਉੱਤੇ ਇੱਕ ਭਉ ਭਗਤੀ ਦਾ ਰਸਤਾ ਦੱਸਿਆ ਹੈ। ਸਿਮਰਨ ਨਾਮ ਦੋਹਨ ਦਿਸ ਪਾਇਓ, ਕਹਿੰਦੇ ਭਾਈ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੋ, ਜਾਪ ਕਰੋ। ਜੇ ਨਾਮ ਜਪੋਗੇ, ਬਾਣੀ ਪੜੋਗੇ ਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਉਹ ਤੁਹਾਡੀ ਪੁਕਾਰ ਬਾਣੀ ਰਾਹੀਂ ਪਹੁੰਚੇਗੀ ਔਰ ਉਹੀ ਪੁਕਾਰ ਅਕਾਲ ਪੁਰਖ ਦੇ ਦਰ 'ਤੇ ਵੀ ਪਹੁੰਚੇਗੀ। ਸਰਗੁਣ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਨਿਰਾਕਾਰ ਅਕਾਲ ਪੁਰਖ ਹੈ। ਇਹ ਨਾਮ ਦੁਆਰਾ ਕੀਤੀ ਹੋਈ ਪੁਕਾਰ, ਸਿਮਰਨ ਦੁਆਰਾ, ਗੁਰਬਾਣੀ ਦੁਆਰਾ ਕੀਤੀ ਹੋਈ ਅਰਦਾਸ, ਦੋਨੋਂ ਥਾਵਾਂ 'ਤੇ ਗੁਰੂ ਦੇ ਚਰਨਾਂ ਵਿੱਚ ਵੀ, ਪਰਮੇਸ਼ਰ ਦੇ ਚਰਨਾਂ ਵਿੱਚ ਵੀ ਪਹੁੰਚਦੀ ਹੈ ਔਰ ਦੋਨਾਂ ਥਾਵਾਂ ਤੇ ਪ੍ਰਵਾਨ ਹੁੰਦੀ ਹੈ। ਆਪਣੋ ਨਾਮ ਸਗੁਣ ਜੇ ਸੁਣੈ, ਸਰਗੁਣ ਸਰੂਪ ਪਰਮੇਸ਼ਰ ਜਦੋਂ ਆਪਣੇ ਨਾਮ ਫਰਿਆਦੀ ਕੋਲੋਂ, ਭਗਤੀ ਵਾਲੇ ਕੋਲੋਂ,
ਪੁਕਾਰੂ ਕੋਲੋਂ ਅਰਦਾਸੀਏ ਕੋਲੋਂ ਸੁਣਦਾ ਹੈ। ਕਿਉਂ ਆਪਾਂ ਬੇਨਤੀ ਕਰਦੇ ਹਾਂ, ਹੇ ਮਹਾਰਾਜ ਤੁਸੀਂ ਪਤਤ ਪਾਵਨ ਹੋ, ਹੇ ਮਹਾਰਾਜ ਤੁਸੀਂ ਬਖਸ਼ਿੰਦ ਹੋ, ਹੇ ਸੱਚੇ ਪਾਤਸ਼ਾਹ ਤੁਸੀਂ ਦਿਆਲੂ ਹੋ, ਤੁਸੀਂ ਕਿਰਪਾਲੂ ਹੋ, ਤੁਸੀਂ ਦਾਤੇ ਹੋ। ਇਹ ਸਰਗੁਣ ਨਾਮ ਹੈ ਪਰਮੇਸ਼ਰ ਦੇ ਸਾਰੇ, ਜਿਹਦੇ ਵਿੱਚ ਜਿਸ ਜਿਸ ਤਰ੍ਹਾਂ ਦੇ ਰੂਪ ਧਾਰ ਕੇ ਵਾਹਿਗੁਰੂ ਨੇ ਭਗਤਾਂ ਦੀ ਸੇਵਕਾਂ ਦੀ ਰੱਖਿਆ ਕੀਤੀ ਔਰ ਕਸ਼ਟ ਕੱਟੇ, ਉਹ ਨਾਮ ਉਸ ਦੇ ਨਾਲ ਜੁੜਦੇ ਗਏ। ਇਹ ਸਰਗੁਣ ਨਾਮ ਹਨ। ਸਰਗੁਣ ਨਾਮਾਂ ਦੁਆਰਾ, ਬਾਣੀ ਦੁਆਰਾ ਜਦੋਂ ਬਾਣੀ ਪੜ੍ਹਦੇ ਹਾਂ, ਹੇ ਚੁੱਤ, ਹੇ ਪਾਰ ਬ੍ਰਹਮ, ਅਵਨਾਸੀ ਅਗਨਾਸ਼, ਹੇ ਪੂਰਨ, ਹੇ ਸਰਬਮੈ, ਦੁੱਖ ਭੰਜਨ ਗੁਣ ਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋ ਬਨਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹੋਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਹੀ ਹੈ ਪਰੋਏ। ਜਾਂ ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ, ਮੋਹੇ ਮਾਇਆ ਧਾਰ, ਅੰਧਕੂਪ ਮਹਾਂ ਭਇਆ, ਨਾਨਕ ਪਾਰ ਉਤਾਰ। ਇਹ ਵਾਹਿਗੁਰੂ ਦਾ ਸਤੋਤਰ ਹੈ। ਇਹ ਸਰਗੁਣ ਨਾਮ ਹਨ। ਸਰਗੁਣ ਨਾਮ ਲੈ ਕੇ ਆਪਣੇ ਇਸ਼ਟ ਅੱਗੇ ਅਰਦਾਸ ਕਰਨੀ, ਉਹਦਾ ਜਸ ਕਰਨਾ, ਉਹਦੀ ਮਹਿਮਾ ਕਰਨੀ, ਕੀਰਤੀ ਕਰਨੀ, ਫਿਰ ਬੇਨਤੀ ਕਰਨੀ, ਮਹਾਰਾਜ ਇਹ ਮੈਨੂੰ ਤੁਸੀਂ ਅਧਿਕਾਰ ਦਿੱਤਾ, ਤਾਂ ਹੀ ਮੈਂ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਇਆ ਕਿ ਤੁਸੀਂ ਇਹਨਾਂ ਇਹਨਾਂ ਬਖਸ਼ਿਸ਼ਾਂ ਦੇ ਸਮੁੰਦਰ ਹੋ, ਅਤੇ ਮੈਂ ਦੁਖੀ ਹਾਂ, ਇਸ ਕਰਕੇ ਮੈਨੂੰ ਅਧਿਕਾਰ ਹੈ, ਮੈਂ ਆਪਣੇ ਦੁੱਖ ਦੀ, ਆਪਣੇ ਸੰਕਟ ਦੀ, ਆਪਣੇ ਕਸ਼ਟ ਦੀ ਤੁਹਾਡੇ ਚਰਨਾਂ ਵਿੱਚ ਫਰਿਆਦ ਕਰਾਂ, ਅਤੇ ਤੁਸੀਂ ਮਹਾਰਾਜ ਮੇਰੇ ਦੁੱਖਾਂ ਦਾ ਨਾਸ਼ ਕਰੋ। ਤੁਸੀਂ ਸੁੱਖਾਂ ਦੇ ਦਾਤੇ ਹੋ, ਦੁੱਖਾਂ ਨੂੰ ਮਿਟਣ ਵਾਲੇ ਹੋ, ਤਾਂ ਹੀ ਤੁਹਾਡਾ ਨਾਮ ਦੁੱਖ ਭੰਜਨ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਇਸ ਕਰਕੇ ਇਹ ਸਰਗੁਣ ਨਾਮ, ਸਰਗੁਣ ਨਾਮ ਵਾਹਿਗੁਰੂ ਦੀ ਮਹਿਮਾ ਦੇ ਜਦੋਂ ਕੋਈ ਭਾਵਨਾ ਵਿੱਚ, ਪ੍ਰੇਮ ਵਿੱਚ ਭਿੱਜ ਕੇ ਉਚਾਰਦਾ ਹੈ, ਤਾਂ ਵਾਹਿਗੁਰੂ ਉਹਨਾਂ ਦੀ ਉਹ ਫਰਿਆਦ ਵੀ ਸੁਣਦਾ ਹੈ। ਉਹੇ ਸਹਾਇਕ ਸੰਕਟ ਹਨ, ਰੱਖਿਅਕ ਹੋ ਕੇ, ਮਦਦਗਾਰ ਹੋ ਕੇ ਫਿਰ ਆਪਣੇ ਸੇਵਕਾਂ ਦੇ ਸਾਰੇ ਸੰਕਟਾਂ ਨੂੰ ਨਾਸ਼ ਕਰ ਦਿੰਦਾ। ਪ੍ਰਹਿਲਾਦ ਦੇ ਕੀਤੇ, ਧਰੂ ਦੇ ਕੀਤੇ, ਨਾਮਦੇਵ, ਕਬੀਰ, ਧੰਨਾ, ਸਭ ਦੇ ਹੀ ਗੁਰਸਿੱਖਾਂ ਦੇ ਵੀ ਸੰਕਟ ਕੱਟੇ ਹਨ। ਬੇਅੰਤ ਪ੍ਰਮਾਣ ਅਤੇ ਉਦਾਹਰਣਾਂ ਹਨ। ਸਤਨਾਮ ਜਾਪਕ ਨਰ ਜਾਨ, ਔਰ ਇੱਧਰ ਭਾਈ ਜਿਹੜੇ ਨਿਰਗੁਣ ਨਾਮ ਪਰਮੇਸ਼ਰ ਵਾਹਿਗੁਰੂ ਦਾ ਜੋ ਸਤਨਾਮ ਹੈ, ਸਤਨਾਮ ਤੇਰਾ ਪਰਾ ਪੂਰਬਲਾ, ਐਸਾ ਜੋ ਵਾਹਿਗੁਰੂ ਦਾ ਨਾਮ ਹੈ ਜਿਹੜਾ ਇਸ ਨਿਰੋਲ ਨਾਮ ਨੂੰ ਜਪਦੇ ਹੈ ਜਾਪਕ, ਨਿਰਗੁਣ ਕੋ ਪ੍ਰਾਪਤ ਹੋਏ ਗਿਆਨ, ਨਾਮ ਜਿਹੜੇ ਇੱਛਾ ਤੋਂ ਰਹਿਤ ਹੋ ਕੇ ਪਰਮੇਸ਼ਰ ਦਾ ਨਿਸ਼ਕਾਮ ਹੋ ਕੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਦੇ ਆ ਜਿਹੜੇ ਪੁਰਸ਼ ਉੱਤਮ, ਉਹ ਨਿਰਗੁਣ ਦੀ ਪ੍ਰਾਪਤੀ, ਨਿਰਗੁਣ ਦੇ ਗਿਆਨ ਨੂੰ ਪ੍ਰਾਪਤ ਕਰ ਲੈਂਦੇ ਆ। ਉਹਨਾਂ ਨੂੰ ਨਿਰਗੁਣ ਸਰੂਪ ਦਾ ਜਿਹੜਾ ਗਿਆਨ, ਬ੍ਰਹਮ ਗਿਆਨ ਹੈ,
ਉਹ ਉਹਨਾਂ ਨੂੰ ਨਾਮ ਜਪਣੇ ਕਰਕੇ ਪ੍ਰਾਪਤ ਹੁੰਦਾ ਮਿਲਦਾ ਹੈ। ਦੋਹਰਾ ਨਿਰਗੁਣ ਸਗਨ ਉਪਾਸਨਾ, ਮਹਾਰਾਜ ਕਹਿੰਦੇ ਨਿਰਗੁਣ ਨਿਰਾਕਾਰ ਦੀ ਉਪਾਸਨਾ ਅਤੇ ਸਰਗੁਣ ਦੀ ਜਿਹੜੀ ਭਗਤੀ ਹੈ, ਦੁਆਇਤ ਜਾਨ ਮਹਾਨ, ਇਹਨਾਂ ਦੋਨਾਂ ਤੋਂ ਵੀ ਮਹਾਨ ਉੱਤੇ ਹੈ, ਵੱਡਾ ਹੈ, ਕੀ ਹੈ? ਨਿਸ ਦਿਨ ਕਰਨ ਉਪਾਸਨਾ, ਜਿਹੜੀ ਰਾਤ ਦਿਨ ਵਾਹਿਗੁਰੂ ਦੀ ਉਪਾਸਨਾ ਭਗਤੀ ਕਰਨੀ ਹੈ। ਸਤਨਾਮ ਕੀ ਮਾਨ, ਮਨ ਵਿੱਚ ਸੱਚੇ ਨਾਮ ਦਾ ਸਿਮਰਨ ਕਰਨਾ, ਇਹ ਦੋਨਾਂ ਦੀ ਭਗਤੀ ਤੋਂ ਉੱਤੇ ਹੈ। ਨਿਰਗੁਣ ਔਰ ਸਰਗੁਣ ਦੀ ਭਗਤੀ ਤੋਂ ਵੀ ਵੱਡੀ ਅੱਠੇ ਪਹਿਰ ਗੁਰਮੁਖ ਸਿਮਰਨ ਕਰਦੇ ਆ, ਜਾਪ ਕਰਦੇ ਆ ਪਹਿਲਾਂ, ਫਿਰ ਸਿਮਰਨ ਕਰਦੇ ਆ, ਉਹਨਾਂ ਤੋਂ ਵੀ ਉੱਤੇ ਹੈ। ਚੌਪਈ ਜੈਸੇ ਰਾਮ ਚੰਦ ਸਮਰੱਥ, ਹੁਣ ਪ੍ਰਮਾਣ ਹੋਰ ਦੇ ਰਹੇ ਹੈ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਵੇਂ ਤ੍ਰੇਤੇ ਯੁੱਗ ਵਿੱਚ ਭਗਵਾਨ ਰਾਮ ਚੰਦਰ ਜੀ ਸਮੇਂ ਦੇ ਅਵਤਾਰ ਸਨ, ਉਹ ਸਮਰੱਥ ਸਨ, ਉਹਨਾਂ ਕੋਲੇ ਸ਼ਕਤੀ ਸੀ, ਇਹ ਸਮਰੱਥਾ ਸੀ ਉਹ ਸਮੇਂ। ਉਤਰਨ ਚਹ ਸਾਗਰ ਕੇ ਪਥ, ਜਦੋਂ ਲੰਕਾ ਵਿੱਚ ਰਾਵਣ ਤੇ ਚੜ੍ਹਾਈ ਕੀਤੀ ਨਾ, ਉਹ ਚਾਹੁੰਦੇ ਤਾਂ ਸਮੁੰਦਰ ਦੇ ਵਿੱਚ ਭਾਵੇਂ ਉਹ ਪੁਲ ਨਾ ਹੀ ਬਣਾਉਂਦੇ, ਉਹ ਆਪਣੀ ਸ਼ਕਤੀ ਦਿਖਾ ਕੇ ਵੀ ਸਮੁੰਦਰ ਨੂੰ ਪਾਰ ਕਰਕੇ ਜਾ ਸਕਦੇ ਸਨ। ਉਹਨਾਂ ਕੋਲੇ ਵੀ ਇਹ ਸਮਰੱਥਾ ਸੀ ਸਮੇਂ ਦੇ ਅਵਤਾਰ, ਅਵਤਾਰਾਂ ਕੋਲੇ ਕਲਾ ਹੁੰਦੀਆਂ, ਸ਼ਕਤੀਆਂ ਹੁੰਦੀਆਂ, ਕੋਈ 14 ਕਲਾ, ਕੋਈ 16 ਕਲਾ, ਅਵਤਾਰੀ ਪੁਰਸ਼ ਸਮਰੱਥ ਹੁੰਦੇ ਆ ਸਾਧ ਸੰਗਤ ਜੀ, ਇਸ ਕਰਕੇ ਉਹਨਾਂ ਕੋਲੇ ਸਮਰੱਥਾ ਸੀ, ਸ਼ਕਤੀ ਸੀ ਕਿ ਉਹ ਰਸਤਾ ਬਣਾ ਕੇ ਵੀ ਜਾਂ ਬਿਨਾਂ ਰਸਤੇ ਤੋਂ ਵੀ ਜਾ ਸਕਦੇ ਸਨ ਲੰਕਾ ਵਿੱਚ। ਜੇਕਰ ਚਹੇ ਸੁਕਾਵਹਿ ਜਲ ਕੋ, ਜੇ ਉਹ ਅਗਨ ਬਾਣ ਚਲਾ ਦਿੰਦੇ ਤਾਂ ਜਿੰਨਾ ਸਮੁੰਦਰ ਦੇ ਵਿੱਚ ਰਸਤੇ ਵਿੱਚ ਪਾਣੀ ਪੈਂਦਾ ਸੀ, ਉਹ ਅਗਨ ਬਾਣ ਚਲਾ ਕੇ ਸਾਰੇ ਪਾਣੀ ਨੂੰ ਸੁਕਾ ਦਿੰਦੇ ਤੇ ਸੁੱਕਾ ਰਸਤਾ ਬਣਾ ਕੇ ਜਾ ਸਕਦੇ ਸਨ। ਉਲੰਘੇ ਪਾਰ ਲਏ ਕਪ ਦਲ ਕੋ, ਸਾਰਾ ਕਪੀ ਦਲ ਨਾਲ ਲੈ ਕੇ ਜਿੰਨੀ ਵੀ ਸੈਨਾ ਸੀ ਸਾਰੀ ਨੂੰ ਨਾਲ ਲੈ ਕੇ ਜਾ ਸਕਦੇ ਸਨ, ਆਪਣੇ ਨਾਲ ਆਪਣੀ ਮਦਦਗਾਰ ਜਿੰਨੇ ਵੀ ਉਹਨਾਂ ਦੇ ਸੁਗਰੀਵ, ਬਾਲੀ, ਹਨੂੰਮਾਨ ਜੀ ਜਿੰਨੇ ਵੀ ਸਨ, ਇਹਨਾਂ ਦੇ ਨਾਲ ਦੀ ਸੈਨਾ, ਬਾਨਰ ਸੈਨਾ ਸਾਰੀ ਨੂੰ ਨਾਲ ਲੈ ਕੇ ਜਾ ਕੇ ਹਮਲਾ ਕਰ ਸਕਦੇ ਸਨ। ਤਉ ਵਿਚਾਰਨ ਐਸੇ ਕਰੇ, ਫਿਰ ਵੀ ਉਹਨਾਂ ਨੇ ਇਹ ਵਿਚਾਰ ਕੀਤੀ ਆਪਣੇ ਮਨ ਵਿੱਚ, ਹਮ ਕੋ ਮਿਲ ਥੋੜੇ ਨਿਸਤਰ, ਕਿ ਸਾਡੇ ਨਾਲ ਮਿਲ ਕੇ ਥੋੜੇ ਜਾ ਸਕਦੇ ਆ, ਬਹੁਤੇ ਨਹੀਂ ਜਾ ਸਕਦੇ, ਸਾਰਿਆਂ ਤੋਂ ਪਾਰ ਨਹੀਂ ਹੋਇਆ ਜਾਣਾ ਸਮੁੰਦਰ ਤੋਂ। ਨਾਮ ਜਪੈ ਬਹੁ ਕੋ ਕਲਿਆਣ, ਉਹਨਾਂ ਨੇ ਨਾਮ ਦਾ ਮਹਾਤਮ ਜਣਾਉਣ ਵਾਸਤੇ, ਨਾਮ ਦੀ ਮਹਿਮਾ ਨੂੰ ਵੱਡੀ ਜਾਣ ਕੇ ਉਹਨਾਂ ਨੇ ਫਿਰ ਇੱਕ ਤਰੀਕਾ ਬਣਾਇਆ ਕਿ ਭਾਈ ਸਾਡੇ ਨਾਲ ਭਾਵ ਜਿਹੜਾ ਅਵਤਾਰ ਹੈ ਨਾ, ਉਹਨਾਂ ਦੇ ਨਾਲ ਜਿੰਨੇ ਕੁ ਉਹਨਾਂ ਦੇ ਉਪਾਸ਼ਕ ਹੈ, ਉਹਨਾਂ ਦੀ ਸੇਵਾ ਕਰਨ ਵਾਲੇ ਆ, ਉਹਨਾਂ ਨੂੰ ਤਾਂ ਪਾਰ ਲਿਜਾ ਸਕਦੇ ਹੈ, ਸਾਰਿਆਂ ਨੂੰ ਥੋੜ੍ਹੋ ਲਿਜਾ ਸਕਦੇ ਸਨ। ਇਸ ਕਰਕੇ ਨਾਮ ਜਪਣ ਨਾਲ ਤਾਂ ਬਹੁਤਿਆਂ ਦੀ ਕਲਿਆਣ ਹੋਣੀ ਹੈ, ਇਸ ਕਰਕੇ ਉਹਨਾਂ ਨੇ ਇਹ ਰਸਤਾ ਬਣਾਇਆ ਤਰੀਕਾ। ਨਾਮ ਮਹਾਤਮ ਕੀਨ ਮਹਾਨ, ਨਾਮ ਦੇ ਮਹਾਤਮ ਨੂੰ ਵੱਡਾ ਜਣਾਉਣ ਵਾਸਤੇ, ਦੁਨੀਆਂ ਨੂੰ ਦੱਸਣ ਵਾਸਤੇ ਉਹਨਾਂ ਨੇ ਲੋਕਾਂ ਨੂੰ
ਇਸ ਢੰਗ ਨਾਲ ਨਾਮ ਦੀ ਉਪਮਾ ਲਈ ਇੱਕ ਰਸਤਾ ਬਣਾਇਆ, ਤਰੀਕਾ ਸੋਚਿਆ। ਸਰਵਰ ਪਰ ਗਿਰਵਰ ਧਰ ਭਾਰੇ, ਕਹਿਣ ਲੱਗੇ ਭਾਈ ਪੱਥਰ ਲਿਆਓ ਤੇ ਸਮੁੰਦਰ ਉੱਤੇ ਪੁਲ ਬਣਾਓ। ਸਾਰੇ ਆਖਣ ਲੱਗੇ ਜੀ ਪੱਥਰ ਤਾਂ ਪਾਣੀ ਵਿੱਚ ਡੁੱਬ ਜਾਣਗੇ, ਪੱਥਰਾਂ ਨਾਲ ਪੁਲ ਕਿਵੇਂ ਬਣਨਾ। ਕਹਿਣ ਲੱਗੇ ਪੱਥਰਾਂ ਦੇ ਉੱਤੇ ਪਰਮੇਸ਼ਰ ਦਾ ਨਾਮ ਰਾਮ ਲਿਖੋ। ਆਪਣਾ ਨਾਮ ਨਹੀਂ ਲਿਖਾਇਆ, ਆਪਣਾ ਨਾਮ ਤਾਂ ਉਹਨਾਂ ਦਾ ਨਾਮ ਰਾਮ ਚੰਦਰ ਸੀ। ਉਹਨਾਂ ਨੇ ਲਿਖਾਇਆ ਵੀ ਪਰਮੇਸ਼ਰ ਦਾ ਨਾਮ ਲਿਖੋ ਰਾਮ। ਰਮਾ ਰਮੰਤੀ ਰਾਮਾ, ਜੋ ਸਾਰਿਆਂ ਵਿੱਚ ਵਿਆਪਕ ਹੈ ਉਹ ਰਾਮ ਹੈ, ਵਾਹਿਗੁਰੂ ਪਰਮੇਸ਼ਰ। ਕਹਿਣ ਲੱਗੇ ਸਰਵਰ ਪਰ ਗਿਰ ਵਰ ਧਰ ਭਾਰੇ, ਸਰਵਰ ਨਾਮ ਸਮੁੰਦਰ ਦਾ, ਸਮੁੰਦਰ ਦੇ ਉੱਤੇ ਗਿਰਵਰ ਨਾਮ ਪਹਾੜ ਦੇ ਪੱਥਰ ਭਾਰੇ ਭਾਰੇ ਲਿਆ ਕੇ ਜਦੋਂ ਸਮੁੰਦਰ ਦੇ ਪਾਣੀ ਦੇ ਉੱਤੇ ਰੱਖੇ। ਤਰਵਰ ਕੇ ਪਾਤਨ ਸਮ ਤਾਰੇ, ਬਿਰਛਾਂ ਦੇ ਪੱਤਿਆਂ ਵਾਂਗੂ ਉਹਨਾਂ ਨੂੰ ਪਾਣੀ ਦੇ ਉੱਤੇ ਤਾਰ ਦਿੱਤਾ। ਕਿਸ ਸ਼ਕਤੀ ਨਾਲ, ਕਿਸ ਸਮਰੱਥਾ ਨਾਲ ਉਹ ਤਰੇ। ਲਿਖਿਓ ਨਾਮ ਤਿੰਨ ਪਰ ਸੁਜਨਾਇਓ, ਆਖੋ ਭਾਈ ਵਾਹਿਗੁਰੂ। ਉਹਨਾਂ ਪੱਥਰਾਂ ਉੱਤੇ ਵਾਹਿਗੁਰੂ ਨਾਮ ਲਿਖਾਇਆ, ਰਾਮ ਨਾਮ ਲਿਖਾਇਆ, ਪਰਮੇਸ਼ਰ ਦਾ ਨਾਮ ਇਕੱਲੇ ਇਕੱਲੇ ਪੱਥਰ 'ਤੇ। ਕਹਿੰਦੇ ਲਿਖੀ ਚੱਲੋ ਅਤੇ ਪਾਣੀ 'ਤੇ ਰੱਖੀ ਜਾਓ। ਜਦੋਂ ਇੱਕ ਇੱਕ ਪੱਥਰ ਰੱਖਿਆ ਤਾਂ ਸਾਧ ਸੰਗਤ ਜੀ ਸਾਰਿਆਂ ਉੱਤੇ ਵਾਹਿਗੁਰੂ ਦਾ ਨਾਮ ਲਿਖਿਆ ਹੋਇਆ ਸੀ, ਉਹ ਪੱਤਿਆਂ ਵਾਂਗੂ ਤਰਨ ਲੱਗ ਗਏ ਅਤੇ ਆਪਸ ਵਿੱਚ ਜੁੜ ਜੁੜ ਕੇ ਉਹਨਾਂ ਨੂੰ ਅੱਗੇ ਧੱਕੀ ਗਏ ਅਤੇ ਇੱਕ ਦੂਜੇ ਨਾਲ ਜੋੜ ਕੇ, ਕੜੀ ਨਾਲ ਕੜੀ ਜੋੜ ਕੇ ਪੁਲ ਬਣਾ ਲਿਆ। ਭਾਵ ਨਾਮ ਦੀ ਸ਼ਕਤੀ ਉੱਥੇ ਦਿਖਾਈ, ਨਾਮ ਦਾ ਪ੍ਰਤਾਪ ਉਹਨਾਂ ਨੇ ਪ੍ਰਤੱਖ ਕਰਕੇ ਦਿਖਾਇਆ। ਸਹਿਲ ਪੱਥਰ ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਆ ਗੁਰਬਾਣੀ ਦੇ ਵਿੱਚ ਕਿ ਪਰਮੇਸ਼ਰ ਦੇ ਨਾਮ ਵਿੱਚ ਐਸੀ ਸ਼ਕਤੀ ਹੈ ਕਿ ਪੱਥਰਾਂ ਨੂੰ ਵੀ ਨਾਮ ਤਾਰ ਦਿੰਦਾ, ਜਿਵੇਂ ਭਗਤ ਰਵਿਦਾਸ ਜੀ ਨੇ ਸਾਧ ਸੰਗਤ ਜੀ ਪਰਮੇਸ਼ਰ ਦਾ ਨਾਮ ਲਿਖ ਕੇ ਪੱਥਰ ਤਾਰ ਦਿੱਤੇ ਗੰਗਾ ਵਿੱਚ। ਸੋ ਇਸ ਤਰ੍ਹਾਂ ਰਹੋ ਵਿਚਾਰ, ਸਾਰਿਆਂ ਉੱਤੇ ਨਾਮ ਨੂੰ ਲਿਖਾਇਆ, ਨਾਮ ਦੀ ਮਹਿਮਾ ਜਣਾਈ ਦੁਨੀਆਂ ਨੂੰ। ਸਰਗੁਣ ਤੇ ਬੜ ਨਾਮ ਸੁਹਾਇਓ, ਭਾਵੇਂ ਸਰਗੁਣ ਰੂਪ ਵਿੱਚ ਸਮੇਂ ਦੇ ਅਵਤਾਰ ਸਨ, ਸ਼ਕਤੀਸ਼ਾਲੀ ਸਨ, ਪਰ ਉਹਨਾਂ ਨੇ ਇਹ ਦਿਖਾਇਆ ਕਿ ਮੇਰੇ ਨਾਲੋਂ ਵੀ ਵੱਡਾ ਪਰਮੇਸ਼ਰ ਦਾ ਨਾਮ ਹੈ, ਉਹਦੇ ਵਿੱਚ ਸਭ ਤੋਂ ਵੱਡੀ ਸ਼ਕਤੀ ਹੈ। ਮੈਂ ਨਹੀਂ ਤਾਰ ਸਕਦਾ ਪੱਥਰਾਂ ਨੂੰ, ਪਰਮੇਸ਼ਰ ਦਾ ਨਾਮ ਤਾਰੇਗਾ। ਨਾਮ ਦੀ ਮਹਿਮਾ ਦੁਨੀਆ ਨੂੰ ਦੱਸਣ ਵਾਸਤੇ ਨਾਮ ਨੂੰ ਵੱਡਾ ਜਣਾਇਆ, ਨਾਮ ਦੀ ਸ਼ੋਭਾ ਕਰਾਈ ਕਿ ਪਰਮੇਸ਼ਰ ਦੇ ਨਾਮ ਵਿੱਚ ਇਹ ਸ਼ਕਤੀ ਹੈ ਕਿ ਉਹ ਪਰਮੇਸ਼ਰ ਦਾ ਨਾਮ ਪੱਥਰਾਂ ਨੂੰ ਤਾਰ ਰਿਹਾ ਹੈ। ਨਿਰਗੁਣ ਸਰਬ ਸਰੀਰ ਨਮਾਹੀ, ਨਿਰਗੁਣ ਪਰਮੇਸ਼ਰ ਨਿਰਾਕਾਰ ਸਾਰੇ ਸਰੀਰਾਂ ਵਿੱਚ ਉਹਦੀ ਅੰਸ਼ ਹੈ, ਜੋਤ ਹੈ। ਸਤ ਚੇਤਨ ਆਨੰਦ ਜਿਨ ਨਾਹੀ, ਜੋ ਸਤ ਚੇਤ ਆਨੰਦ ਵਾਹਿਗੁਰੂ ਦੀ ਸੱਤਾ ਸ਼ਕਤੀ ਤੋਂ ਬਿਨਾਂ ਇਹ ਸਰੀਰ ਨਹੀਂ ਹਨ, ਉਹਦੀ ਸ਼ਕਤੀ ਹੈ। ਵੱਡੇ ਵੱਡੇ ਗਿਆਨੀਆਂ ਨੇ ਖੋਜ ਕੀਤੀ, ਸਾਇੰਸਦਾਨਾਂ ਨੇ, ਵਿਗਿਆਨੀਆਂ ਨੇ, ਕਿ ਸਰੀਰ ਨੂੰ ਕੌਣ ਚਲਾ ਰਿਹਾ। ਉਹ ਯੰਤਰ ਜਿਹੜਾ ਸਰੀਰ ਨੂੰ ਅੱਜ ਤੱਕ ਚਲਾ ਰਿਹਾ ਉਹ ਨਹੀਂ ਕਿਸ ਕੋਈ ਲੱਭ ਸਕਿਆ, ਅੱਜ ਤੱਕ ਨਹੀਂ ਲੱਭ ਸਕਿਆ, ਨਾ ਹੀ ਉਹਨਾਂ ਤੋਂ ਲੱਭਿਆ ਜਾਣਾ, ਨਾ ਹੀ ਉਹਦੇ ਥਾਂ ਟਿਕਾਣੇ ਦਾ ਕਿਸੇ ਨੂੰ ਪਤਾ ਵੀ ਉਹ ਕਿੱਥੇ ਕੁ ਵਾਹਿਗੁਰੂ ਨੇ ਫਿੱਟ ਕੀਤਾ। ਜੇ ਇਹਨੂੰ ਲੱਭ ਲੈਣ ਫਿਰ ਤਾਂ ਮਰਨੀ ਨਾ ਦੇਣ ਬੰਦੇ ਨੂੰ, ਫਿਰ ਤਾਂ ਬੰਦਾ ਪਤਾ ਨਹੀਂ ਕਿੰਨਾ ਚਿਰ ਤੁਰਿਆ ਫਿਰਿਆ ਰਹੇ,
ਫਿਰ ਤਾਂ ਬੰਦਿਆਂ ਦੇ ਹੱਥ ਵਿੱਚ ਆ ਗਈ ਨਾ ਗੱਲ। ਵਾਹਿਗੁਰੂ ਪਰਮੇਸ਼ਰ ਨੇ ਸਤਿਚਿਤ ਆਨੰਦ ਦੀ ਜਿਹੜੀ ਸੱਤਾ, ਸਤਿਚਿਤ ਆਨੰਦ ਦੀ ਜੋਤ, ਉਹ ਸੱਤਾ ਸਰੀਰਾਂ ਦੇ ਵਿੱਚ ਪਾਈ ਹੈ। ਉਸ ਤੋਂ ਬਿਨਾਂ ਇਹ ਸਾਰੇ ਸਰੀਰ ਨਹੀਂ ਚੱਲ ਸਕਦੇ। ਅੰਤਰ ਬਹਿਰ ਨਿਰੰਤਰ ਵਿਆਪਿਓ, ਵਾਹਿਗੁਰੂ ਅੰਦਰ ਵੀ ਬਾਹਰ ਵੀ ਸਾਰਿਆਂ ਵਿੱਚ ਇੱਕ ਰਸ ਵਿਆਪਕ ਹੈ, ਫੈਲਿਆ ਹੋਇਆ ਹੈ। ਚਾਹੇ ਨਰਕ ਤੇ ਨਾਮ ਨਾ ਜਾਪਿਓ, ਮਹਾਰਾ ਕਹਿੰਦੇ ਭਾਈ ਜਿਹੜਾ ਐਸੇ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਦਾ, ਜਿਹਦੇ ਆਸਰੇ ਆਪਾਂ ਤੁਰੇ ਫਿਰਦੇ ਹਾਂ, ਜੇ ਉਹਦਾ ਨਾਮ ਨਹੀਂ ਜਪਦੇ, ਜਿਹੜਾ ਬਾਹਰੋਂ ਵੀ ਸਾਡੀ ਰੱਖਿਆ ਕਰ ਰਿਹਾ, ਅੰਦਰੋਂ ਵੀ ਸਾਨੂੰ ਸ਼ਕਤੀ ਦੇ ਰਿਹਾ, ਜੇ ਉਹਦਾ ਨਾਮ ਨਹੀਂ ਜਪਦੇ, ਜਿਹੜੇ ਜਪਦੇ ਨਹੀਂ, ਮਹਾਰਾਜ ਕਹਿੰਦੇ ਭਾਈ ਉਹ ਸਾਰੇ ਨਰਕਾਂ ਨੂੰ ਜਾਣਗੇ, ਨਰਕਾਂ ਵਿੱਚ ਪੈਣਗੇ। ਜਿਨ ਸਤਨਾਮ ਜਪਿਓ ਕਰ ਪ੍ਰੇਮ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਪ੍ਰੇਮ ਕਰਕੇ ਜਪਿਆ ਹੈ ਬਹੁਤਾ। ਅੰਤਹਕਰਨ ਬਿਮਲ ਤਿਨ ਸ਼ੇਮ, ਉਹਨਾਂ ਦਾ ਅੰਤਹਕਰਨ ਮਨ ਨਿਰਮਲ ਹੋ ਗਿਆ। ਕਹਿੰਦਾ ਮਨ ਵਿੱਚ ਬੜੇ ਗਲਤ ਫੁਰਨੇ ਉੱਠਦੇ ਆ, ਬੜੀਆਂ ਮੈਲਾਂ, ਨਾਮ ਜਪੀ ਚੱਲ, ਸੇਵਾ ਕਰੀ ਚੱਲ, ਆਪੇ ਮਰ ਤੇਰਾ ਅੰਤਹਕਰਨ ਮਨ ਨਿਰਮਲ ਹੋ ਜਾਏਗਾ। ਜਦੋਂ ਨਿਰਮਲ ਮਨ ਹੋ ਗਿਆ, ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਰਸ ਭਰ ਗਿਆ, ਉਸੇ ਨੇ ਤੈਨੂੰ ਛੇਮ ਕਲਿਆਣ ਮੁਕਤੀ ਦੇ ਦੇਣੀ ਹੈ। ਸਿਮਰਤ ਪ੍ਰਾਪਤ ਆਤਮ ਗਿਆਨ, ਵਾਹਿਗੁਰੂ ਦੇ ਨਾਮ ਨੂੰ ਸਿਮਰਦਿਆਂ ਸਿਮਰਦਿਆਂ ਆਤਮ ਸਰੂਪ ਦਾ ਗਿਆਨ, ਵਾਹਿਗੁਰੂ ਪਰਮੇਸ਼ਰ ਦਾ ਗਿਆਨ, ਜਿਸ ਨੂੰ ਬ੍ਰਹਮ ਗਿਆਨ ਕਿਹਾ, ਉਹ ਪ੍ਰਾਪਤ ਹੁੰਦਾ ਹੈ। ਜਨਮ ਮਰਨ ਕੋ ਬੰਧਨ ਹਾਨ, ਜੰਮਣ ਮਰਨ ਦੇ ਜਿੰਨੇ ਬੰਧਨ ਹੈ ਸਾਰੇ ਨਾਸ ਹੋ ਜਾਣਗੇ, ਬੰਦਾ ਮੁੜ ਕੇ 84 ਵਿੱਚ ਨਹੀਂ ਆਵੇਗਾ। ਜਾਂ ਤੇ ਨਿਰਗੁਣ ਤੇ ਸਤਨਾਮ, ਇਸ ਕਰਕੇ ਕਹਿੰਦੇ ਸਰਗੁਣ ਨਾਲੋਂ ਵੀ ਨਿਰਗੁਣ ਨਾਲੋਂ ਵੀ ਨਾਮ ਵੱਡਾ ਪਰਮੇਸ਼ਰ ਦਾ। ਹੁਣ ਦੇਖੋ ਨਾਮ ਦੀ ਮਹਿਮਾ ਕਿੱਥੇ ਤੱਕ ਵੱਡੀ ਕਰਕੇ ਦੱਸ ਦਿੱਤੀ ਕਿ ਅਵਤਾਰਾਂ ਨਾਲੋਂ ਵੀ ਨਾਮ ਉੱਤੇ, ਜਿਹਨੇ ਪੱਥਰ ਤਾਰ ਦਿੱਤੇ, ਅਤੇ ਪਰਮੇਸ਼ਰ ਤੋਂ ਵੀ ਵੱਡਾ ਨਾਮ ਇਉਂ ਹੋ ਗਿਆ ਵੀ ਨਾਮ ਜਪਿਆ ਅਤੇ ਉਹਦੀ ਪ੍ਰਾਪਤੀ ਹੋ ਗਈ। ਇਸ ਕਰਕੇ ਨਾਮ ਸਰਗੁਣ ਔਰ ਨਿਰਗੁਣ ਤੋਂ ਵੀ ਉੱਤੇ ਹੈ ਵਾਹਿਗੁਰੂ ਦਾ। ਹੋਵੇ ਵਿਸ਼ੇਖ ਭਜ ਅੱਠੋ ਜਾਮ, ਇਹ ਵਿਸ਼ੇਸ਼ ਹੈ ਇਸ ਦਾ ਅੱਠੇ ਪਹਿਰ ਭਾਈ ਨਾਮ ਜਪੋ। ਨਿਰਗੁਣ ਵਾਹਿਗੁਰੂ ਦਾ ਜਿਹੜਾ ਨਾਮ ਹੈ, ਮੂਲ ਮੰਤਰ ਵਿੱਚ ਸਾਰੀ ਉਹਦੀ ਵਿਆਖਿਆ ਹੈ, ਵਾਹਿਗੁਰੂ ਸ਼ਬਦ ਵੀ ਉਸੇ ਦਾ ਰੂਪ ਹੈ। ਐਸੇ ਨਿਰਗੁਣ ਦਾ ਜਿਹੜਾ ਨਾਮ ਹੈ ਵਾਹਿਗੁਰੂ ਦਾ, ਸਤਨਾਮ ਤੇਰਾ ਪਰਾ ਪੂਰਬਲਾ, ਉਸ ਦਾ ਭਜਨ ਭਾਈ ਅੱਠੇ ਪਹਿਰ ਕਰਿਆ ਕਰੋ। ਸੁਣ ਸਿੱਖਣ ਗੁਰ ਸੰਗ ਬਖਾਨਾ, ਇਹ ਵਿਚਾਰ ਚੱਲਦੀ ਸੀ ਸਿੱਖਾਂ ਦੇ ਮਨ ਵਿੱਚ, ਇੱਕ ਸਵਾਲ ਉੱਠਿਆ ਸਿੱਖਾਂ ਨੇ ਸਤਿਗੁਰੂ ਜੀ ਨੂੰ ਉਸ ਵਕਤ ਪੁੱਛਣਾ ਕੀਤਾ। ਸਾਗਰ ਫਾਂਦ ਗਇਓ ਹਨੁਮਾਨਾ, ਮਹਾਰਾਜ ਜਿਹੜੇ ਹਨੂੰਮਾਨ ਜੀ ਸਨ, ਨਾ ਉਹ ਪੱਥਰਾਂ ਤੇ ਤੁਰੇ ਨਾ ਕਿਸੇ ਪੁਲ ਤੇ, ਉਹ ਤਾਂ ਛਾਲ ਮਾਰ ਕੇ ਚਲੇ ਗਏ, ਕੁੱਦ ਕੇ ਚਲੇ ਗਏ। ਉਹ ਕਿਵੇਂ ਪਹੁੰਚ ਗਏ ਲੰਕਾ ਦੇ ਵਿੱਚ ਸੀਤਾ ਦੀ ਖਬਰ ਲਿਆਉਣ ਵਾਸਤੇ? ਨਾਮ ਅਲੰਬ ਅਪਰ ਨੇ ਲੀਨ, ਹੋਰਾਂ ਨੇ ਤਾਂ ਸਾਰਿਆਂ ਨੇ ਨਾਮ ਦੇ ਆਸਰੇ ਪੁਲ ਬਣਾਇਆ, ਹਨੂੰਮਾਨ ਜੀ ਕਿਸ ਦੇ ਆਸਰੇ ਗਏ? ਉਹਨਾਂ ਦੇ ਕੋਲ ਕਿਹੜੀ ਸ਼ਕਤੀ ਸੀ, ਕਿਹੜਾ ਬਲ ਸੀ, ਕਿਹੜੀ ਸਮਰੱਥਾ, ਕਿਹੜੀ ਤਾਕਤ ਸੀ, ਜਦੋਂ ਐਡੇ ਵੱਡੇ ਸਮੁੰਦਰ ਨੂੰ ਇੱਕੋ ਛਾਲ ਨਾਲ ਕੁੱਦ ਕੇ ਚਲੇ ਗਏ ਲੰਕਾ ਵਿੱਚ?
ਪੁੱਲ ਪਰ ਕੱਪ ਦਲ ਉਲੰਘਣ ਕੀਨ, ਪੁੱਲ ਦੇ ਉੱਤੇ ਤਾਂ ਸਾਰੀ ਬਾਂਦਰ ਸੈਨਾ ਜਿਹੜੀ ਹੈ ਹੌਲੀ ਹੌਲੀ ਲੰਘ ਕੇ ਲੰਕਾ ਵਿੱਚ ਚੜ੍ਹਾਈ ਕਰਨ ਵਾਸਤੇ ਗਈ। ਸੋ ਨਿਜ ਬਲ ਤੇ ਕੂਦ ਗਇਓ ਹੈ, ਹਨੂਮਾਨ ਜੀ ਨੇ ਇੱਕੋ ਛਾਲ ਉਰਲਾ ਕਦਮ ਸਮੁੰਦਰ ਦੇ ਕਿਨਾਰੇ ਤੇ ਪਰਲੀ ਪਰਲਾ ਕਦਮ ਛਾਲ ਮਾਰ ਕੇ ਲੰਕਾ ਦੇ ਵਿੱਚ ਉਹ ਕਿਹੜੀ ਸ਼ਕਤੀ ਨਾਲ ਕੁੱਦ ਕੇ ਆਪਣੇ ਸਰੀਰ ਦੇ ਬਲ ਨਾਲ ਚਲੇ ਗਏ ਉੱਥੇ। ਸੁੱਧ ਦੇ ਰਾਮ ਪ੍ਰਸੰਨ ਕਯੋ ਹੈ, ਕਿਉਂਕਿ ਰਾਮ ਜੀ ਨੇ ਕਿਹਾ ਹਨੂਮਾਨ ਜਾ ਆਪਣੀ ਮਾਂ ਸੀਤਾ ਦੀ ਖਬਰ ਲੈ ਕੇ ਆ ਵੀ ਉਹ ਕਿੱਥੇ ਹੈ, ਕਿਤੇ ਹਮਲਾ ਹੋ ਜਾਏ, ਹਮਲੇ ਵਿੱਚ ਸੀਤਾ ਨਾ ਮਾਰੀ ਜਾਏ, ਸੀਤਾ ਦਾ ਬਚਾਅ ਕਰਨਾ ਵੀ ਬੜਾ ਜ਼ਰੂਰੀ ਹੈ, ਉਸੇ ਵਾਸਤੇ ਆਪਾਂ ਲੰਕਾ 'ਤੇ ਹਮਲਾ ਕਰ ਰਹੇ ਹਾਂ, ਚੜ੍ਹਾਈ ਕਰ ਰਹੇ ਹਾਂ, ਇਸ ਲਈ ਤੂੰ ਜਾ ਕੇ ਖਬਰ ਲੈ ਕੇ ਆ ਉਹ ਜਿਉਂਦੀ ਹੈ ਜਾਂ ਕਿੱਥੇ ਹੈ, ਕਿਹੜੀ ਥਾਂ 'ਤੇ ਉਹਨੂੰ ਕੈਦ ਰੱਖਿਆ ਹੋਇਆ। ਹਨੂਮਾਨ ਜੀ ਫਿਰ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਛਾਲ ਮਾਰ ਕੇ ਗਏ ਅਤੇ ਜਾ ਕੇ ਸਾਰੀ ਸੀਤਾ ਦੀ ਖਬਰ ਲਿਆ ਕੇ ਦਿੱਤੀ ਤੇ ਰਾਮ ਜੀ ਨੂੰ ਪ੍ਰਸੰਨ ਕੀਤਾ ਖਬਰ ਦੇ ਕੇ। ਸ਼੍ਰੀ ਅਰਜਨ ਪੁੰਨ ਸੁਨਤ ਬਖਾਨਾ, ਧੰਨ ਗੁਰੂ ਅਰਜਨ ਦੇਵ ਜੀ ਨੇ ਇਹ ਬਚਨ ਕਰਦਿਆਂ ਕਰਦਿਆਂ ਫੇਰ ਕਿਹਾ, ਦੁਬਾਰਾ ਉੱਤਰ ਦਿੱਤਾ, ਸਿਮਰਤ ਰਾਮ ਨਾਮ ਹਨੂਮਾਨਾ। ਸਿੱਖਾਂ ਨੇ ਕਿਹਾ ਨਾ ਵੀ ਹਨੂਮਾਨ ਨੇ ਪ੍ਰਸੰਨ ਕਰ ਲਿਆ ਰਾਮ ਜੀ ਨੂੰ ਤੇ ਮਹਾਰਾਜ ਉਹ ਕਿਹੜੀ ਸ਼ਕਤੀ ਦੇ ਆਸਰੇ ਗਏ। ਤਾਂ ਫਿਰ ਹੁਣ ਸਤਿਗੁਰੂ ਜੀ ਨੇ ਸਿੱਖਾਂ ਦੀ ਗੱਲ ਸੁਣ ਕੇ ਇਹ ਪਹਿਲੀ ਵਿਚਾਰ ਸਿੱਖਾਂ ਨੇ ਕੀਤੀ ਵੀ ਮਹਾਰਾਜ ਉਹ ਕਿਵੇਂ ਗਏ। ਤਾਂ ਹੁਣ ਗੁਰੂ ਸਾਹਿਬ ਉੱਤਰ ਦੇ ਰਹੇ ਆ, ਕਹਿੰਦੇ ਜਿਹੜੇ ਹਨੂਮਾਨ ਜੀ ਹੈ ਉਹ ਵੀ ਪਰਮੇਸ਼ਰ ਦੇ ਰਾਮ ਦਾ ਸਿਮਰਨ ਕਰਦੇ ਅੱਠੇ ਪਹਿਰ, ਉਹਨਾਂ ਦਾ ਰੋਮ ਰੋਮ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਅੱਠੇ ਪਹਿਰ, ਵਾਹਿਗੁਰੂ ਦਾ ਨਾਮ ਸਿਮਰਨ ਕਰਦਾ ਉਹਨਾਂ ਦਾ ਰੋਮ ਰੋਮ। ਜਦੋਂ ਲੰਕਾ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਗਏ ਨਾ, ਹਨੂਮਾਨ ਜੀ ਨੂੰ ਚਿਰਜੀਵੀ ਹੋਣ ਦਾ ਵਰ ਹੈ, ਬਹੁਤ ਲੰਮੀ ਉਮਰ ਹੈ ਉਹਨਾਂ ਦੀ, ਤਾਂ ਭਾਈ ਬਾਲਾ ਮਰਦਾਨਾ ਜੀ ਨਾਲ ਹੈ। ਹਨੂਮਾਨ ਜੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਆਏ, ਜਦੋਂ ਦਰਸ਼ਨ ਕਰਨ ਆਏ ਸਤਿਗੁਰਾਂ ਨੂੰ ਮੱਥਾ ਟੇਕਿਆ, ਉਹਨਾਂ ਦੇ ਰੋਮ ਰੋਮ ਵਿੱਚੋਂ ਵਾਹਿਗੁਰੂ ਨਾਮ ਸੁਣਾਈ ਦੇ ਰਿਹਾ ਸੀ। ਭਾਈ ਮਰਦਾਨਾ ਜੀ ਨੇ ਪੁੱਛਿਆ ਸੱਚੇ ਪਾਤਸ਼ਾਹ ਕੌਣ ਹੈ, ਕਹਿਣ ਲੱਗੇ ਭਾਈ ਇਹ ਹਨੂਮਾਨ ਹੈ। ਕਹਿਣ ਲੱਗੇ ਸੱਚੇ ਪਾਤਸ਼ਾਹ ਕਿੱਥੇ ਤ੍ਰੇਤਾ ਜੋ ਕਿੱਥੇ ਕਲ ਜੋ, ਕਹਿਣ ਲੱਗੇ ਭਾਈ ਪਰਮੇਸ਼ਰ ਦਾ ਨਾਮ ਜਪ ਕੇ ਸਿਮਰਨ ਕਰਕੇ ਉਹਦੀ ਭਗਤੀ ਕਰਕੇ ਇਹਨਾਂ ਨੂੰ ਚਿਰਜੀਵੀ ਹੋਣ ਦਾ ਵਰਦਾਨ ਵਾਹਿਗੁਰੂ ਨੇ ਦਿੱਤਾ ਹੈ, ਇਸ ਕਰਕੇ ਇਹ ਵਾਹਿਗੁਰੂ ਦੇ ਨਾਮ ਦੇ ਆਸਰੇ ਇੰਨਾ ਲੰਮਾ ਸਮਾਂ ਇਹਨਾਂ ਨੇ ਆਪਣਾ ਜੀਵਨ ਬਸਰ ਕੀਤਾ ਹੈ। ਉਸ ਵਕਤ ਹਨੂਮਾਨ ਜੀ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ, ਮੈਨੂੰ ਰਾਮ ਜੀ ਦੇ ਰੂਪ ਵਿੱਚ ਦਰਸ਼ਨ ਦਿਓ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਇੱਛਾ ਪੂਰੀ ਕਰਨ ਵਾਸਤੇ ਰਾਮ ਜੀ ਦੇ ਰੂਪ ਵਿੱਚ ਦਰਸ਼ਨ ਕੀਤੇ। ਹਨੂਮਾਨ ਜੀ ਨੇ ਲੰਮੇ ਪੈ ਕੇ ਸਤਿਗੁਰਾਂ ਨੂੰ ਡੰਡੌਤ ਕੀਤੀ, ਆਖੋ ਭਾਈ ਵਾਹਿਗੁਰੂ, ਧੰਨ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਤੁਸੀਂ ਵੀ ਭਗਤ ਹੋ, ਪਰਮੇਸ਼ਰ ਦੇ ਤੁਹਾਡਾ ਫੁਰਨਾ ਹੈ। ਤਾਂ ਮਹਾਰਾਜ ਜੀ ਨੇ ਉਸ ਰੂਪ ਵਿੱਚ ਉਹਨਾਂ ਨੂੰ ਦਰਸ਼ਨ ਦੇ ਕੇ ਕਿਰਤਾਰਥ ਕੀਤਾ। ਫਿਰ ਸਤਿਗੁਰੂ ਮਹਾਰਾਜ ਜੀ ਨੇ ਪੁੱਛਿਆ,
ਕਿ ਹਨੂੰਮਾਨ ਜੀ ਉਸ ਵਕਤ ਜਦੋਂ ਲੰਕਾ 'ਤੇ ਚੜ੍ਹਾਈ ਕੀਤੀ ਹੈ ਉਸ ਸਮੇਂ ਕੀ ਵਾਕਿਆਤ ਹੋਇਆ। ਉਹਨਾਂ ਨੇ ਫਿਰ ਸਾਰੀ ਵਾਰਤਾ ਸੁਣਾਈ ਕਿ ਰਾਮ ਜੀ ਨੇ ਵੀ ਨਾਮ ਦੀ ਮਹਿਮਾ ਨੂੰ ਵੱਡੀ ਜਣਾਇਆ ਕਿ ਰਾਮ ਜੀ ਇਹ ਗੱਲ ਮੰਨਦੇ ਸਨ ਕਿ ਪਰਮੇਸ਼ਰ ਦੇ ਨਾਮ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਜੋ ਚਾਹੇ ਵਾਹਿਗੁਰੂ ਦਾ ਨਾਮ ਕਰ ਸਕਦਾ। ਕਹਿੰਦੇ ਅਸੀਂ ਸਾਰੇ ਚਿੰਤਤ ਸਾਂ ਕਿ ਲੰਕਾ ਵਿੱਚ ਕਿਵੇਂ ਜਾਵਾਂਗੇ, ਤਾਂ ਰਾਮ ਜੀ ਨੇ ਕਿਹਾ ਕਿ ਪੱਥਰਾਂ 'ਤੇ ਰੱਬ ਦਾ ਨਾਂ ਲਿਖੋ, ਪਰਮੇਸ਼ਰ ਦਾ, ਇਹ ਪੱਥਰੀ ਪੁਲ ਬਣਨਗੇ, ਇਹੀ ਤੁਹਾਨੂੰ ਲੰਕਾ ਵਿੱਚ ਲੈ ਕੇ ਜਾਣਗੇ, ਪੁਲ ਬਣਿਆ ਹੋਇਆ। ਸੋ ਉਹ ਵਾਰਤਾਲਾਪ ਸਾਰਾ ਇਤਿਹਾਸ ਵਿੱਚ ਆਉਂਦਾ ਹੈ। ਸੋ ਹਨੂੰਮਾਨ ਜੀ ਨੇ ਵੀ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ। ਸੋ ਭਾਈ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਹਨੂੰਮਾਨ ਵੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਾ ਸੀ ਅੱਠੇ ਪਹਿਰ, ਅੱਠੇ ਪਹਿਰ ਰੋਮ ਰੋਮ ਸਵਾਸ ਸਵਾਸ, ਜਿਸ ਕਰਕੇ ਸਿਮਰਨ ਦੀ ਸ਼ਕਤੀ ਦੁਆਰਾ ਹੀ ਉਸ ਨੂੰ ਇਹ ਸਮਰੱਥਾ, ਇਹ ਤਾਕਤ, ਇਹ ਬਲ ਮਿਲਿਆ, ਤਾਂ ਉਹ ਲੰਕਾ ਦੇ ਵਿੱਚ ਗਿਆ। ਬਹੁਰ ਮੁਦਰ ਕਾ ਲਈ ਪਿਆਨਾ, ਫਿਰ ਸੀਤਾ ਦੀ ਮੁੰਦਰੀ ਛਾਪ ਲੈ ਕੇ ਆਇਆ ਦਿਖਾਉਣ ਵਾਸਤੇ ਨਿਸ਼ਾਨੀ, ਵੀ ਇਹ ਸੀਤਾ ਦੀ ਜੋ ਰਾਮ ਜੀ ਨੇ ਉਹਨਾਂ ਨੂੰ ਆਪਣੇ ਵਿਆਹ ਵੇਲੇ ਦਿੱਤੀ ਸੀ ਨਾ ਖਾਸ ਤੋਹਫੇ ਵਜੋਂ, ਉਹ ਰਾਮ ਜੀ ਜਾਣਦੇ ਸਨ ਜਾਂ ਸੀਤਾ ਜਾਣਦੀ ਸੀ ਵੀ ਇਹ ਛਾਪ ਰਾਮ ਜੀ ਦੀ ਹੈ, ਔਰ ਦਿੱਤੀ ਵੀ ਪਹਿਲੇ ਦਿਨ ਸੀ ਜਦੋਂ ਵਿਆਹ ਕੇ ਲੈ ਕੇ ਆਏ ਮਹਿਲਾਂ ਵਿੱਚ, ਉਹ ਛਾਪ ਲਿਆ ਕੇ ਦਿਖਾਈ, ਤਾਂ ਫਿਰ ਰਾਮ ਜੀ ਮੰਨੇ ਸਨ ਵੀ ਸੀਤਾ ਠੀਕ ਠਾਕ ਹੈ, ਇਸ ਲਈ ਉਹ ਮੁੰਦਰਕਾ ਲਿਆ ਕੇ ਦੇਣਾ ਕੀਤੀ। ਤਿਸ ਪਰ ਰਾਮ ਨਾਮ ਸਭ ਜਾਨਾ, ਉਹ ਜਿਹੜੀ ਛਾਪ ਸੀ ਉਸ ਉੱਤੇ ਵੀ ਪਰਮੇਸ਼ਰ ਦਾ ਹੀ ਨਾਮ ਲਿਖਿਆ ਹੋਇਆ ਸੀ ਰਾਮ, ਅਤੇ ਮਹਾਰਾਜ ਕਹਿੰਦੇ ਸੀਤਾ ਦੀ ਵੀ ਰੱਖਿਆ, ਜ਼ਾਲਮਾਂ ਦੀ ਕੈਦ ਵਿੱਚ ਕਹਿ ਲਓ, ਰਾਕਸ਼ਾਂ ਦੀ ਕੈਦ ਵਿੱਚ ਕਹਿ ਲਓ, ਦੁਸ਼ਮਣਾਂ ਦੀ ਕੈਦ ਵਿੱਚ ਕਹਿ ਲਓ, ਕਿ ਉਹ ਛਾਪ ਉੱਤੇ ਵੀ ਮੁੰਦਰੀ ਉੱਤੇ ਵੀ ਪਰਮੇਸ਼ਰ ਦਾ ਨਾਮ ਲਿਖਿਆ ਹੋਇਆ ਸੀ, ਅਤੇ ਸੀਤਾ ਅੱਠੇ ਪਹਿਰ ਉਹ ਪਰਮੇਸ਼ਰ ਦਾ ਨਾਮ ਜਪਦੀ ਸੀ, ਤਾਂ ਕਰਕੇ ਵਾਹਿਗੁਰੂ ਨੇ ਉਹਦੀ ਰੱਖਿਆ ਕੀਤੀ। ਇਸ ਕਰਕੇ ਨਾਮ ਹੀ ਵੱਡਾ ਹੈ। ਨਾਮ ਪ੍ਰਤਾਪ ਪਾਰ ਪਰ ਗਇਓ, ਨਾਮ ਦੇ ਪ੍ਰਤਾਪ ਕਰਕੇ, ਨਾਮ ਦੀ ਸ਼ਕਤੀ ਕਰਕੇ ਹਨੂੰਮਾਨ ਜੀ ਵੀ ਪਾਰ ਚਲੇ ਗਏ, ਕੂਦ ਕੇ ਕੁੱਦ ਕੇ। ਕੁਛ ਬਿਖਾਦ ਤਨ ਹੋਤ ਨਾ ਭਇਓ, ਕੋਈ ਬਿਖਾਦ, ਕੋਈ ਦੁੱਖ, ਕੋਈ ਸੰਕਟ ਨਹੀਂ ਹੋਇਆ ਉਹਨਾਂ ਨੂੰ, ਨਾਮ ਨੇ ਉਹਨਾਂ ਦੀ ਰੱਖਿਆ ਕੀਤੀ ਹੈ। ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗੇ ਨਾ ਪਾਈ, ਵਾਹਿਗੁਰੂ ਦੇ ਨਾਮ ਨੇ, ਉਹਦੀ ਕਿਰਪਾ ਨੇ। ਯਾ ਤੇ ਨਾਮ ਮਹਾਤਮ ਭਾਰੋ, ਇਹ ਗੁਰਸਿੱਖੋ ਨਾਮ ਦੀ ਮਹਿਮਾ ਭਾਰੀ ਹੈ, ਵੱਡੀ ਹੈ। ਸਿਮਰ ਤਰੈ ਜਗ ਸਿੰਧ ਸੁਖਾਰੋ, ਜਿਹੜਾ ਨਾਮ ਸਿਮਰਨ ਕਰੇਗਾ ਉਹ ਸੰਸਾਰ ਭੋਜਨ ਨੂੰ, ਜਿਵੇਂ ਹਨੂੰਮਾਨ ਜੀ ਕੁੱਦ ਕੇ ਪ੍ਰਤੱਖ ਸਮੁੰਦਰ ਨੂੰ ਪਾਰ ਕਰਕੇ ਚਲੇ ਗਏ, ਅਤੇ ਜਿਹੜਾ ਭਾਈ ਕਲਯੁੱਗ ਵਿੱਚ ਗੁਰਸਿੱਖ ਮਾਈ ਭਾਈ ਪਰਮੇਸ਼ਰ ਦੇ ਨਾਮ ਦਾ ਜਾਪ ਕਰੇਗਾ, ਨਾਮ ਜਪੇਗਾ, ਸਿਮਰਨ ਕਰੇਗਾ, ਗੁਰਸ਼ਬਦ ਦੀ ਕਮਾਈ ਕਰੇਗਾ, ਉਹ ਸੰਸਾਰ ਸਮੁੰਦਰ ਨੂੰ ਤਾਰ ਪਾਰ ਕਰਕੇ ਵਾਹਿਗੁਰੂ ਦੀ ਦਰਗਾਹ 'ਚ ਚਲਿਆ ਜਾਏਗਾ। ਆਖੋ ਭਾਈ ਵਾਹਿਗੁਰੂ।
ਨਾਮ ਵਿੱਚ ਸ਼ਕਤੀ ਹੈ, ਸੰਸਾਰ ਸਮੁੰਦਰ ਤੋਂ ਨਾਮ ਉਹਨਾਂ ਨੂੰ ਪਾਰ ਕਰ ਦੇਗਾ ਸੌਖਾ ਹੀ। ਤਿਮ ਜਾਣੋ ਜੋ ਹੈ ਬ੍ਰਹਮ ਗਿਆਨੀ, ਇਵੇਂ ਜਾਣ ਲਓ ਜਿਹੜੇ ਬ੍ਰਹਮ ਗਿਆਨੀ ਹਨ, ਨਾਮ ਜਪ ਕੇ ਜਿਹਨਾਂ ਨੂੰ ਬ੍ਰਹਮ ਗਿਆਨ ਪ੍ਰਾਪਤ ਹੋਇਆ। ਜਗ ਸਾਗਰ ਉਲੰਘੈ ਬਲ ਠਾਨੀ, ਉਹਨਾਂ ਵਿੱਚ ਹਨੂੰਮਾਨ ਜੀ ਦੀ ਤਰ੍ਹਾਂ ਬਲ ਹੈ, ਤਾਕਤ ਹੈ, ਸਮਰੱਥਾ, ਉਹ ਸੰਸਾਰ ਨੂੰ ਕੁੱਦ ਕੇ ਪਾਰ ਚਲੇ ਜਾਂਦੇ ਆ ਸੱਚਖੰਡ ਵਿੱਚ। ਉਹਨਾਂ ਲਈ ਸੌਖਾ ਰਸਤਾ ਜਾਣਾ, ਕਿਉਂਕਿ ਉਹਨਾਂ ਨੇ ਬ੍ਰਹਮ ਗਿਆਨ ਪ੍ਰਾਪਤ ਕਰ ਲਿਆ ਵਾਹਿਗੁਰੂ ਦੀ ਕਿਰਪਾ ਨਾਲ। ਉਹਨਾਂ ਨੂੰ ਕੋਈ ਰੋਕਣ ਵਾਲਾ ਵੀ ਨਹੀਂ, ਉਹਨਾਂ ਨੂੰ ਕੋਈ ਖੇਦ ਦੁੱਖ ਤਕਲੀਫ ਵੀ ਨਹੀਂ ਹੈ। ਬਿਰਲੇ ਨਰ ਹੋਵਤ ਹੈ ਐਸੇ, ਪਰ ਮਹਾਰਾਜ ਕਹਿੰਦੇ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ ਉਹ ਵਿਰਲੇ ਹੁੰਦੇ ਆ। ਇਸ ਜੱਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ ਦੇ ਹੋਮੈ ਮੇਟ ਸਮਾਏ, ਜਿਹਨੇ ਹੋਮੈ ਮੇਟ ਲਈ ਕੋਈ ਵਿਰਲਾ ਬ੍ਰਹਮ ਗਿਆਨੀ ਹੈ। ਜਣੇ ਖਣੇ ਨੂੰ ਬ੍ਰਹਮ ਗਿਆਨੀ ਨਾ ਕਹਿਣ ਲੱਗ ਜਾ ਕਰੋ ਵੀ ਫਲਾਨਾ ਵੀ ਬ੍ਰਹਮ ਗਿਆਨੀ, ਧਮਕੜਾ ਵੀ ਬ੍ਰਹਮ ਗਿਆਨੀ, ਉਹ ਤਾਂ ਕਰੋੜਾਂ ਵਿੱਚੋਂ ਕੋਈ ਇੱਕ ਹੁੰਦਾ ਭਾਈ। ਜਗ ਮੈਂ ਤੁਮ ਕਾਢੀਏ ਵਿਰਲੇ ਕੇ ਈ ਕੇ, ਇਸ ਕਰਕੇ ਮਹਾਰਾਜ ਵੀ ਇੱਥੇ ਕਹਿੰਦੇ ਵਿਰਲਿਆਂ ਵਿੱਚੋਂ ਕੋਈ ਇੱਕ ਹੁੰਦਾ ਹੈ। ਹਨੂੰਮਾਨ ਕਪ ਦਲ ਮਹਿ ਜੈਸੇ, ਕਹਿੰਦੇ ਲੱਖਾਂ ਹੀ ਫੌੜ ਸੀ ਰਾਮ ਜੀ ਦੀ, ਕਪੀ ਦਲ ਲੱਖਾਂ ਹੀ ਸੀ, ਪਰ ਸਾਰੇ ਸਾਰੇ ਤਾਂ ਨਹੀਂ ਨਾ ਇੰਨੀ ਸਮਰੱਥਾ, ਇਕੱਲੇ ਕੇਵਲ ਉਹਨਾਂ ਵਿੱਚੋਂ ਇੰਨੀ ਸ਼ਕਤੀ ਵਾਲੇ ਹਨੂੰਮਾਨ ਜੀ ਸਨ, ਹੋਰ ਨਹੀਂ ਕਿਸੇ ਵਿੱਚ ਇਹ ਪਾਵਰ ਸੀ ਸ਼ਕਤੀ। ਸਾਰਿਆਂ ਵਿੱਚ ਬਲ ਹੁੰਦਾ ਤਾਂ ਸਾਰੇ ਛਾਲਾਂ ਮਾਰ ਕੇ ਚਲੇ ਜਾਂਦੇ, ਐਡੀ ਵੱਡੀ ਛਾਲ ਥੋੜੋ, ਐਡੀ ਵੱਡੀ ਛਾਲ ਹੋਰ ਨਹੀਂ ਕੋਈ ਮਾਰ ਸਕਿਆ, ਕੇਵਲ ਹਨੂੰਮਾਨ ਜੀ ਨੇ ਮਾਰੀ। ਇਹ ਸਮਰੱਥਾ, ਇਹ ਸ਼ਕਤੀ ਇਕੱਲੇ ਉਹਨਾਂ ਵਿੱਚ ਹੀ ਸੀ, ਜਿਵੇਂ ਨਾਮ ਸੇਤ ਪਰ ਨਿਰਬਲ ਬਲੀ। ਔਰ ਇਸੇ ਤਰ੍ਹਾਂ ਬ੍ਰਹਮ ਗਿਆਨੀ ਵੀ ਕੋਈ ਵਿਰਲਾ ਹੁੰਦਾ ਹੈ, ਹਰ ਇੱਕ ਨਹੀਂ, ਮਹਾਰਾਜ ਜੀ ਨੇ ਕਿਹਾ ਉਹ ਲੱਖਾਂ ਵਿੱਚੋਂ ਇੱਕ ਹੈ। ਨਾਮ ਸੇਤ ਪਰ ਨਿਰਬਲ ਬਲੀ, ਇਹ ਜਿਹੜਾ ਨਾਮ ਦਾ ਪੁਲ ਹੈ ਨਾ, ਬ੍ਰਹਮ ਗਿਆਨੀ ਤਾਂ ਗਿਆਨ ਦੇ ਆਸਰੇ ਪਰਮੇਸ਼ਰ ਦੇ ਚਰਨਾਂ ਵਿੱਚ ਸੁਖੈਨ ਚੱਲਿਆ ਜਾਂਦਾ, ਪਰ ਨਾਮ ਦਾ ਜਿਹੜਾ ਪੁਲ ਹੈ ਨਾ, ਸੇਤ ਨਾਮ ਪੁਲ ਦਾ, ਨਾਮ ਰੂਪ ਪੁਲ ਦੇ ਉੱਤੇ ਤਾਂ ਨਿਰਬਲ ਵੀ, ਜਿਵੇਂ ਪੁਲ ਬਣਿਆ ਹੋਵੇ ਦਰਿਆ ਦਾ, ਨਦੀ ਦਾ ਨਾ, ਉਹਦੇ ਉੱਤੇ ਭਾਈ ਤਕੜਾ ਵੀ ਤੁਰ ਕੇ ਲੰਘ ਜਾਂਦਾ, ਕਮਜ਼ੋਰ ਵੀ ਤੁਰ ਕੇ ਪੁਲ ਨੂੰ ਪਾਰ ਕਰ ਲੈਂਦਾ ਹੈ, ਇਉਂ ਨਿਰਬਲ ਵੀ ਜਿਹਦੇ ਵਿੱਚ ਬਲ ਨਹੀਂ ਉਹ ਵੀ, ਅਤੇ ਬਲੀ ਤਾਕਤਵਰ ਵੀ ਪੁਲ ਉੱਤੇ ਤਾਂ ਸੌਖਾ ਹੀ ਤੁਰ ਕੇ ਦਰਿਆ ਨਦੀ ਨੂੰ ਪਾਰ ਕਰ ਲੈਂਦਾ ਹੈ। ਰੁਜੀ ਲੰਗਰੇ ਸਭ ਵਿਦ ਭਲੀ, ਰੁਜੀ ਰੋਗੀ, ਲੰਗਰੇ ਲੰਗੜੇ, ਜਿਨ੍ਹਾਂ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ, ਉਹ ਸਾਰੇ ਭਾਈ ਪੁਲ ਉੱਤੋਂ ਤਾਂ ਸੌਖੇ ਪਾਰ ਕਰ ਜਾਂਦੇ ਹਨ ਦਰਿਆ ਨੂੰ। ਸਨੇ ਸਨੇ ਪਰ ਪਾਰ ਸੁਖਾਰੇ, ਸਾਰੇ ਹੌਲੀ ਹੌਲੀ, ਜਿਹੜਾ ਰੋਗੀ ਹੈ, ਦੁਖੀ ਹੈ, ਲੰਗੜਾ, ਉਹ ਹੌਲੀ ਹੌਲੀ ਭਾਈ ਪੁਲ ਉੱਤੋਂ ਲੰਘ ਜਾਂਦਾ ਦਰਿਆ ਨੂੰ ਪਾਰ ਕਰਨ ਵਾਸਤੇ। ਬਲੀ ਬੰਦਾ ਤੇਜ਼ ਚਾਲ ਨਾਲ ਲੰਘ ਜਾਂਦਾ, ਸਾਰੇ ਹੀ ਹੌਲੀ ਹੌਲੀ ਲੰਘ ਕੇ ਦਰਿਆ ਨੂੰ, ਨਦੀ ਨੂੰ ਪਾਰ ਕਰ ਲੈਂਦੇ ਹਨ। ਬਿਨਾਂ ਯਤਨ ਆਨੰਦ ਉਰ ਉਤਾਰੇ, ਕੋਈ ਉਹਨਾਂ ਨੂੰ ਦੁੱਖ ਤਕਲੀਫ਼ ਨਹੀਂ ਹੁੰਦੀ, ਔਰ ਆਨੰਦ ਐਨ ਸੁਖੀ ਹੁੰਦੇ ਆ ਮਨ ਵਿੱਚ, ਔਰ ਸੌਖਾ ਹੀ ਔਖਾ ਰਸਤਾ ਪਾਰ ਕਰ ਲੈਂਦੇ ਹਨ। ਰਸ ਵਿਸ਼ੇ ਸਭ ਹੀ ਤੇ ਮਨ ਹੋਏ, ਸਭ ਤੇ ਮਨ ਹੋਏ, ਵਿਸ਼ਿਆਂ ਵੱਲੋਂ ਵਿਕਾਰਾਂ ਵੱਲੋਂ ਜਿਹੜਾ ਮਨ ਦਾ ਸਾਧ ਸੰਗਤ ਦੀ ਨਿਰਲੇਪ ਹੋਣਾ ਨਾ,
ਵਿਸ਼ੇ ਰਸ ਤੋਂ ਰਹਿਤ ਹੋਣਾ ਜਿਹੜਾ ਹੈ ਬ੍ਰਹਮ ਗਿਆਨ ਅਭਿਆਸੀ ਕੋਏ ਉਹ ਬ੍ਰਹਮ ਗਿਆਨੀ ਅਭਿਆਸੀ ਬ੍ਰਹਮ ਗਿਆਨ ਦਾ ਅਭਿਆਸ ਹੈ ਜਿਹਦੇ ਹਿਰਦੇ ਵਿੱਚ ਉਹ ਕੋਈ ਵਿਰਲਾ ਬ੍ਰਹਮ ਗਿਆਨੀ ਹੈ ਜਿਹੜਾ ਵਿਸ਼ਿਆਂ ਤੋਂ ਰਹਿਤ ਹੈ ਵਿਕਾਰਾਂ ਤੋਂ ਰਹਿਤ ਹੈ ਉਹ ਤਾਂ ਕੋਈ ਇੱਕ ਹੈ ਵਿਰਲਾ ਹੈ ਲੱਖਾਂ ਵਿੱਚੋਂ ਜਾਂ ਤੇ ਲਖੋ ਭਗਤ ਪ੍ਰਭ ਸਰਨੀ ਫਿਰ ਉੱਤਰ ਦੇ ਦਿੱਤਾ ਮਹਾਰਾਜ ਜੀ ਨੇ ਭਾਵ ਕਿ ਬ੍ਰਹਮ ਗਿਆਨੀ ਤਾਂ ਭਾਈ ਵਿਕਾਰਾਂ ਤੋਂ ਰਹਿਤ ਨਿਰਲੇਪ ਹੁੰਦਾ ਪਰ ਕੋਈ ਇੱਕ ਅੱਧਾ ਹੀ ਹੁੰਦਾ ਬਾਕੀ ਤਾਂ ਆਪਾਂ ਸਾਰੇ ਵਿਸ਼ੇ ਵਾਸ਼ਨਾ ਦੇ ਅਧੀਨ ਹੀ ਹੈ ਨਾ ਸਾਧਨਾ ਵੱਲੋਂ ਲੰਗੜੇ ਹੈ ਹਉਮੈ ਦਾ ਰੋਗ ਸਾਨੂੰ ਲੱਗਾ ਹੋਇਆ ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਹੇ ਹਉਮੈ ਦੇ ਰੋਗ ਕਰਕੇ ਰੋਗੀ ਹੈ ਨਿਰਬਲ ਇਸ ਕਰਕੇ ਹਾਂ ਸਾਡੇ ਵਿੱਚ ਵਾਹਿਗੁਰੂ ਦੀ ਭਗਤੀ ਦਾ ਬਲ ਨਹੀਂ ਹੈ ਅਤੇ ਸਾਧਨ ਇਹ ਨਹੀਂ ਵੀ ਸਤਸੰਗਤ ਦੇ ਵਿੱਚ ਜਾਇਆ ਨਹੀਂ ਜਾਂਦਾ ਔਰ ਸਮੇਂ ਸਿਰ ਸਾਰੇ ਸਾਧਨ ਸਮਦਮ ਔਰ ਇਸੇ ਤਰ੍ਹਾਂ ਸ਼ਰਧਾ ਸਮਦਮ ਸ਼ਰਧਾ ਤੀਸਰੀ ਸਮਾਧਾਨ ਉਪਰਾਮ ਛਠੀ ਤਿਕਸ਼ਾ ਜਾਨੀ ਹੈ ਭਿੰਨ ਭਿੰਨ ਜਿਹੇ ਨਾਮ ਇਹ ਸਾਧਨ ਵੀ ਨਹੀਂ ਸਾਡੇ ਕੋਲੋਂ ਹੋ ਸਕਦੇ ਸੁਭ ਸਾਧਨਾ ਵੱਲੋਂ ਲੰਗੜੇ ਹਾਂ ਅਸੀਂ ਇਸ ਕਰਕੇ ਕਹਿੰਦੇ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਉੱਤੇ ਤਰਸ ਕੀਤਾ ਗੁਰੂ ਨਾਨਕ ਸਾਹਿਬ ਦਸਾਂ ਪਾਤਸ਼ਾਹੀਆਂ ਨੇ ਉਹਨਾਂ ਨੇ ਕਿਹਾ ਭਾਈ ਇਹ ਵਿਸ਼ਿਆਂ ਤੋਂ ਰਹਿਤ ਨਹੀਂ ਹੋ ਸਕਦੇ ਜੀਵ ਇਹਨਾਂ ਕੋਲੋਂ ਸਾਧਨ ਵੀ ਨਹੀਂ ਹੋ ਸਕਦੇ ਸਾਧਨ ਕੀ ਹੈ ਜਪ ਤਪ ਨਹੀਂ ਇਹਨਾਂ ਕੋਲੋਂ ਹੋ ਸਕਦਾ ਕਠਿਨ ਘਾਲਣਾ ਨਹੀਂ ਇਹ ਘਾਲ ਸਕਦੇ ਨਿਰਬਲ ਹੈ ਵਿਚਾਰੇ ਕਮਜ਼ੋਰ ਹੈ ਔਗਣਾਂ ਦੇ ਮਾਰੇ ਹੋਏ ਹੈ ਹਉਮੈ ਕਰਕੇ ਰੋਗੀ ਹੈ ਮਹਾਰਾਜ ਜੀ ਨੇ ਫਿਰ ਸੌਖਾ ਰਸਤਾ ਦੱਸ ਦਿੱਤਾ ਕਿ ਭਾਈ ਜੇ ਹੋਰ ਨਹੀਂ ਕੁਛ ਕਰ ਸਕਦੇ ਉੱਠਦਿਆਂ ਬੈਠਦਿਆਂ ਤੁਰੇ ਫਿਰਦਿਆਂ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰੋ ਪਰਮੇਸ਼ੁਰ ਦੀ ਭਗਤੀ ਕਰ ਲਿਆ ਕਰੋ ਜ਼ਬਾਨ ਹਿਲਾ ਲਿਆ ਕਰੋ ਥੋੜ੍ਹਾ ਬਹੁਤਾ ਸਮਾਂ ਗੂੰਗੇ ਬਣ ਕੇ ਨਾ ਬੈਠੇ ਰਿਹਾ ਕਰੋ ਜਾਂ ਫਿਰ ਨਿੰਦਿਆ ਚੁਗਲੀ ਵਿੱਚ ਨਾ ਲਾਇਆ ਕਰੋ ਥੋੜ੍ਹਾ ਸਮਾਂ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪ ਲਿਆ ਕਰੋ ਤੁਰੇ ਫਿਰਦੇ ਉੱਠਦੇ ਬੈਠਦੇ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ ਮੂਲ ਮੰਤਰ ਕਰੀ ਚੱਲੋ ਹੋਰ ਬਾਣੀ ਪੜ੍ਹ ਲਿਆ ਕਰੋ ਗੁਰੂ ਸਾਹਿਬ ਨੂੰ ਯਾਦ ਕਰ ਲਿਆ ਕਰੋ ਦਸਾਂ ਪਾਤਸ਼ਾਹੀਆਂ ਦੇ ਨਾਮ ਲੈ ਲਿਆ ਕਰੋ ਚਾਰੇ ਸਾਹਿਬਜ਼ਾਦਿਆਂ ਦੇ ਲੈ ਲਿਆ ਕਰੋ ਪੰਜਾਂ ਪਿਆਰਿਆਂ ਦੇ ਨਾਮ ਲੈ ਲਿਆ ਕਰੋ ਕੁਝ ਨਾ ਕੁਝ ਕਰੋ ਭਗਤੀ ਕਰੋ ਮਹਾਰਾਜ ਜੀ ਦੇ ਦਰ ਦੀ ਇਉਂ ਪ੍ਰਭੂ ਦੀ ਸ਼ਰਨ ਜਿਹੜੀ ਲੈਣੀ ਹੈ ਭਗਤੀ ਦੁਆਰਾ ਪ੍ਰਾਪਤ ਹੁੰਦੀ ਹੈ ਸਿਮਰੈ ਨਾਮ ਸੁਗਮ ਸੁਖ ਕਰਨੀ ਇਹ ਸੌਖੀ ਕਰਨੀ ਹੈ ਜਿਹੜਾ ਪਰਮੇਸ਼ੁਰ ਦਾ ਨਾਮ ਸਿਮਰਨਾ ਨਹੀਂ ਵਿਕਾਰ ਮਨ ਨੂੰ ਸਤਾਉਣੋਂ ਹਟਦੇ ਨਾਮ ਜਪ ਲਓ ਪਰਮੇਸ਼ੁਰ ਕਿਤੇ ਨਾ ਕਿਤੇ ਕਿਰਪਾ ਕਰੇਗਾ ਹੀ ਨਾ ਇਹ ਸੌਖਾ ਰਸਤਾ ਸੁਗਮ ਨਾਮ ਹੁੰਦਾ ਸੌਖੀ ਕਰਨੀ ਹੈ ਪਰਮੇਸ਼ੁਰ ਦੇ ਨਾਮ ਦਾ ਸਿਮਰਨ ਕਰ ਲਓ ਇਹ ਮਹਾਰਾਜ ਜੀ ਨੇ ਨਾਮ ਦਾ ਪੁਲ ਬਣਾ ਦਿੱਤਾ ਆਪਣੇ ਲਈ ਪਾਪੀ ਪੁੰਨੀ ਮੂਡ ਸੁਜਾਨ ਨਾਮ ਪਾਪੀ ਵੀ ਜਪ ਲਵੇ ਪੁੰਨੀ ਪਵਿੱਤਰ ਆਤਮਾ ਵੀ ਜਪ ਲਵੇ ਮੂਰਖ ਵੀ ਜਪ ਲਏ ਤੇ ਸੁਜਾਨ ਸਿਆਣਾ ਵੀ ਜਪ ਲਏ ਸਾਰਿਆਂ ਨੂੰ ਮਹਾਰਾਜ ਜੀ ਨੇ ਇਹ ਅਧਿਕਾਰ ਦੇ ਦਿੱਤਾ ਸਾਰਿਆਂ ਲਈ ਰਸਤਾ ਖੋਲ੍ਹ ਦਿੱਤਾ ਹੈ ਪਾਰ ਪਰੈ ਕਰ ਭਗਤ ਮਹਾਨ ਜਿਹੜਾ ਪਰਮੇਸ਼ੁਰ ਦੀ ਭਗਤੀ ਕੀ ਕਰਨੀ ਹੈ ਨਾਮ ਜਪਣਾ ਇਹੀ ਉਹਦੀ ਭਗਤੀ ਹੈ ਨਾ
ਜਿਹੜਾ ਭਾਈ ਉਹਦੀ ਭਗਤੀ ਕਰੇਗਾ ਉਹ ਸੰਸਾਰ ਭੋਜਲ ਤੋਂ ਪਾਰ ਹੋ ਜਾਏਗਾ। ਇਹ ਮਹਾਨ ਭਗਤੀ ਦਾ ਫਲ ਮਿਲੇਗਾ ਉਸ ਨੂੰ। ਗੁਰਸਿੱਖੋ ਸਦਾ ਐਸੇ ਪਰਮੇਸ਼ਰ ਦਾ ਸੱਚਾ ਨਾਮ ਵਾਹਿਗੁਰੂ ਨਾਮ ਸਿਮਰਿਆ ਕਰੋ, ਯਾਦ ਕਰਿਆ ਕਰੋ। ਰਹੀਏ ਸਤਸੰਗਤ ਕੀ ਸ਼ਾਮ, ਦੂਜਾ ਸਤਸੰਗਤ ਦੀ ਸ਼ਰਨ ਵਿੱਚ ਰਹਿਣਾ, ਸੰਗਤ ਨਹੀਂ ਕਦੇ ਛੱਡਣੀ। ਵੀ ਹੁਣ ਮੈਂ ਨਾਮ ਜਪਣ ਲੱਗ ਗਿਆ, ਹੁਣ ਗੁਰਦੁਆਰੇ ਨਹੀਂ ਜਾਣਾ, ਸੰਗਤ ਨਹੀਂ ਕਰਨੀ, ਮਹਾਰਾਜ ਕਹਿੰਦੇ ਇਹ ਨਹੀਂ ਗੱਲ ਬਣਨੀ। ਸੰਗਤ ਵਿੱਚ ਜ਼ਰੂਰ ਜਾਣਾ, ਸੰਗਤ ਦੀ ਸ਼ਰਨ ਵਿੱਚ ਪੈਣਾ, ਸਤ ਸੰਗਤ ਵੀ ਕਰਿਆ ਕਰੋ ਕੁਝ ਨਾ ਕੁਝ ਸਮਾਂ। ਸੁਣ ਸਿੱਖਣ ਉਪਦੇਸ਼ ਕਮਾਇਓ, ਸਿੱਖਾਂ ਨੇ ਸਤਿਗੁਰੂ ਜੀ ਦਾ ਹੁਕਮ ਸੁਣ ਕੇ ਉਪਦੇਸ਼ ਸੁਣ ਕੇ ਕਮਾਇਆ। ਗੁਰ ਕੀ ਸ਼ਰਨ ਰਹੇ ਸੁਖ ਪਾਇਓ, ਗੱਲ ਕਮਾਈ ਤੋਂ ਬਣਨੀ ਹੈ। ਨਾਮ ਜਪ ਲਓ, ਸਮਾਂ ਬਣਾ ਲਓ, ਨਿਯਮ ਬਣ ਜਾਣ ਤੇ ਫਿਰ ਕਿਰਪਾ ਹੋ ਜਾਏਗੀ। ਔਰ ਗੁਰੂ ਮਹਾਰਾਜ ਦੀ ਚਰਨਾਂ ਦੀ ਸ਼ਰਨ ਵਿੱਚ ਰਹਿ ਕੇ ਸੇਵਾ ਕੀਤੀ ਸੁਖ ਪਾਇਆ। ਕਥਾ ਕੀਰਤਨ ਇੱਕ ਚਿੱਤ ਸੁਣੈ, ਕੀਰਤਨ ਕਥਾ ਇੱਕ ਚਿੱਤ ਹੋ ਕੇ ਸੰਗਤ ਵਿੱਚ ਬੈਠ ਕੇ ਗੁਰਮੁਖ ਸੁਣਦੇ ਹਨ। ਹੋਏ ਇਕੰਤ ਤਬ ਹਰ ਹਰ ਭਨੈ, ਜਦੋਂ ਇਕਾਂਤ ਵਿੱਚ ਬੈਠਦੇ ਉਦੋਂ ਰਸਨਾ ਨਾਲ ਵਾਹਿਗੁਰੂ ਦਾ ਨਾਮ ਜਪਦੇ, ਜੋ ਹਰੀ ਦਾ ਨਾਮ ਪਾਪਾਂ ਦਾ ਨਾਸਕ ਹੈ। ਸ਼੍ਰੀ ਅਰਜਨ ਕੋ ਸੇਵਤ ਰਹੈ, ਧੰਨ ਗੁਰੂ ਅਰਜਨ ਦੇਵ ਜੀ ਨੂੰ ਸਦਾ ਯਾਦ ਰੱਖਦੇ, ਉਹਨਾਂ ਦੇ ਦਰ ਦੀ ਸੇਵਾ ਕਰਦੇ ਹੈ। ਅੰਤ ਕਾਲ ਮੈਂ ਸ਼ੁੱਧ ਪਦ ਲਹੈ, ਅੰਤ ਸਮੇਂ ਸ਼ੁੱਧ ਉੱਤਮ ਪਦਵੀ, ਵਾਹਿਗੁਰੂ ਵਿੱਚ ਅਭੇਦਤਾ ਦੀ ਪਦਵੀ ਉਹ ਇਹਨਾਂ ਨੂੰ ਪ੍ਰਾਪਤ ਹੋਈ ਗੁਰਮੁਖਾਂ ਨੂੰ। ਸਤਿਗੁਰ ਸੇਵਾ ਸਭ ਸੁਖ ਦਾਨੀ, ਸਤਿਗੁਰਾਂ ਦੇ ਦਰ ਦੀ ਸੇਵਾ ਸਾਰੇ ਸੁਖ ਦੇਣ ਵਾਲੀ ਹੈ ਭਾਈ, ਜਿਨ੍ਹਾਂ ਨੇ ਕੀਤੀ ਹੈ। ਵੱਡੇ ਭਾਗ ਜਿਨ ਤਿੰਨੋਂ ਕਮਾਨੀ, ਜਿਨ੍ਹਾਂ ਦੇ ਵੱਡੇ ਭਾਗ ਹੈ ਉਹਨਾਂ ਨੇ ਕਮਾਈ ਹੈ, ਸੇਵਾ ਵੀ ਤੇ ਨਾਮ ਵੀ। ਵੱਡਿਆਂ ਭਾਗਾਂ ਵਾਲੇ ਗੁਰੂ ਦੇ ਦਰ ਦੀ ਸੇਵਾ ਦੀ ਤੇ ਨਾਮ ਦੀ ਕਮਾਈ ਕਰਦੇ ਹੈ ਤੇ ਉਹਨਾਂ ਨੂੰ ਸਾਰੇ ਸੁੱਖ ਸਤਿਗੁਰੂ ਆਪਣੇ ਦਰੋਂ ਬਖਸ਼ਿਸ਼ ਕਰਦੇ ਹਨ। ਡੱਲਾ, ਭਾਈ ਭਗੀਰਥ, ਜਾਪੂ ਤੇ ਭਾਈ ਨਿਵਲਾ, ਇਹ ਚਾਰੇ ਸਿੱਖਾਂ ਨੂੰ ਸਤਿਗੁਰੂ ਜੀ ਨੇ ਮਹਾਨ ਮਹਾਨ ਉਪਦੇਸ਼ ਦੇ ਕੇ ਕਿਰਤਾਰਥ ਕੀਤਾ ਹੈ। ਸੰਗਤ ਦੀ ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। 1 ਜੂਨ ਤੋਂ 6 ਜੂਨ ਤੱਕ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਹੁੰਮ ਹਮਾ ਕੇ ਤੁਸੀਂ ਪਹੁੰਚਣਾ। ਸ਼ਾਮ ਦੇ ਸਮੇਂ ਸ਼ਹੀਦੀ ਦੀਵਾਨ ਸਜਿਆ ਕਰਨਗੇ 3:30 ਤੋਂ ਲੈ ਕੇ 6 ਵਜੇ ਤੱਕ। ਇਸ ਲਈ ਤੁਸੀਂ ਹੁੰਮ ਹਮਾ ਕੇ ਉਹਨਾਂ ਦੀਵਾਨਾਂ ਵਿੱਚ ਵੀ ਸ਼ਹੀਦਾਂ ਦੀ ਯਾਦ ਵਿੱਚ ਹਾਜ਼ਰੀ ਭਰਨੀ ਹੈ। 6 ਜੂਨ ਨੂੰ ਸਾਰਾ ਨਗਰ ਹੁੰਮ ਹਮਾ ਕੇ ਸ਼ਹੀਦੀ ਸਮਾਗਮਾਂ ਦੇ ਵਿੱਚ ਆਪ ਜੀ ਨੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਹਾਜ਼ਰੀਆਂ ਭਰਨੀਆਂ। ਸਾਡਾ ਇਹ ਫਰਜ਼ ਹੈ, ਅਸੀਂ ਆਪਣੇ ਸ਼ਹੀਦਾਂ ਦੀ ਯਾਦ ਵਿੱਚ ਜੁੜ ਕੇ ਸ਼ਹੀਦਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਸੋ ਸਾਧ ਸੰਗਤ ਜੀ, ਦਾਸ ਸਾਰੇ ਨਗਰ ਦੀ ਦਾ, ਜਿੰਨੀ ਵੀ ਸਾਰੀ ਨਗਰ ਦੀ ਸੰਗਤ ਹੈ, ਸਾਰੀ ਸਾਧ ਸੰਗਤ ਦਾ ਮੈਂ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਜੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ, ਸਰਦਾਰ ਸਰਦੂਲ ਸਿੰਘ ਜੀ ਆੜ੍ਹਤੀ, ਜੋ ਉਚੇਚੇ ਤੌਰ 'ਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸੇਵਾ ਦਾ ਯੋਗਦਾਨ ਪਾ ਰਹੇ ਹਨ, ਸਮੂਹ ਪਤਵੰਤੇ ਔਰ ਬਾਬਾ ਅਜੀਤ ਸਿੰਘ ਜੀ, ਸ਼ਾਹ ਜੀ, ਇਹਨਾਂ ਸਾਰਿਆਂ ਦਾ ਹੀ ਰੋਮ ਰੋਮ ਕਰਕੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਆ,
ਇਤਨੀ ਹਾਜ਼ਰੀ ਪ੍ਰਵਾਨ ਕਰਨੀ। 20 ਮਈ ਨੂੰ ਵੀ ਸ਼ਹੀਦੀ ਸਮਾਗਮਾਂ ਲਈ ਮਹਿਤੇ ਮੀਟਿੰਗ ਰੱਖੀ ਹੈ, ਉਸ ਵਿੱਚ ਵੀ 12 ਵਜੇ ਤੋਂ ਪਹਿਲਾਂ ਆਪ ਪਤਵੰਤੇ ਅਤੇ ਮੁਖੀ ਸਿੰਘਾਂ ਨੇ ਪਹੁੰਚਣਾ। ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਹੁਣ ਅਰਦਾਸ ਹੋਏਗੀ, ਉਪਰੰਤ ਸ਼੍ਰੀ ਮੁਖਵਾਕ ਹੋਣਗੇ। ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਅਗਲੇ ਪ੍ਰੋਗਰਾਮਾਂ ਦੀਆਂ ਬੇਨਤੀਆਂ ਕਰਨਗੇ, ਉਹ ਵੀ ਬੇਨਤੀਆਂ ਧਿਆਨਪੂਰਵਕ ਸੁਣਨੀਆਂ ਹਨ। ਜਦੋਂ ਸੱਚੇ ਪਾਤਸ਼ਾਹ ਆਪਣੇ ਸੁਖਾਸਨ ਅਸਥਾਨ 'ਤੇ ਬਿਰਾਜਮਾਨ ਹੋ ਗਏ, ਉਸ ਤੋਂ ਉਪਰੰਤ ਲੰਗਰ ਜਲ ਪਾਣੀ ਛੱਕ ਕੇ ਫਿਰ ਸਾਰਿਆਂ ਨੇ ਜਾਣਾ। ਸੋ ਸਾਧ ਸੰਗਤ ਜੀ, ਫਿਰ ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਹੈ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਇਤਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ। ਸਤਿਗੁਰ ਸੇਵਾ ਸਭ ਸੁਖ ਦਾਨੀ, ਵੱਡੇ ਭਾਗ ਜਿਨ ਤਿੰਨਹੋਂ ਕਮਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।